ਹੈਲੋ ਫਰੈਂਡ ਗਿਲਸ ਮੈਂਟਰ e-ਲਰਨਿੰਗ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਅੱਪਾ ਸਟਾਰਟ ਕਰਾਂਗੇ ਅਜੀ ਇੱਕ ਡਿਫਰੈਂਟ ਕਲਾਸ ਬੇਸਿਕਲੀ ਐਂਟੀਟੀ ਦੇ ਰਿਲੇਟਡ ਸਪੈਸ਼ਲ ਪੈਡਾਗੋਜੀ ਕਲਾਸ ਅਪਾ ਡਿਸਕਸ ਕਰ ਰਹੇ ਹਾਂ ਪੈਡਾਗੋਜੀ ਕੀ ਚੀਜ਼ ਹੁੰਦੀ ਹੈ ਕਿਸ ਕੀ ਇੰਪੋਰਟੈਂਟ ਰੋਲ ਹੈ ਕਿਸ ਤਰੀਕੇ ਦੇ ਕੁਐਸਚਨਸ ਪੁੱਛੇ ਜਾ ਸਕਦੇ ਨੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ WhatsApp Telegram Facebook ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਇਓ ਇਸ ਤੋਂ ਇਲਾਵਾ ਸਪੈਸ਼ਲ ਬੈਚ ਵੀ ਲਾਂਚ ਕੀਤਾ ਜਾ ਚੁੱਕਿਆ ਹੈ ਇਸ ਦੇ ਲਈ ਤੁਸੀਂ ਦੇਖ ਸਕਦੇ ਹੋ ਇੱਥੇ ਬੈਚ ਦੇ ਲਈ ਲਿਖਿਆ ਹੋਇਆ ਹੈ ਕਿ ਲਾਈਵ ਕਲਾਸਿਸ ਹੋਣਗੀਆਂ ਫ੍ਰੀ 100 ਟੈਸਟ ਹੋਣਗੇ ਇਸ ਦੇ ਵਿੱਚ 20 ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਡਾਊਟ ਕਲੀਅਰਿੰਗ ਕਲਾਸਿਸ ਹੋਣਗੀਆਂ ਇਸ ਤੋਂ ਇਲਾਵਾ ਜਦੋਂ ਤੱਕ ਐਗਜ਼ਾਮ ਨਹੀਂ ਹੁੰਦਾ ਉਦੋਂ ਤੱਕ ਦੇ ਲਈ ਇਹ ਬੈਚ ਆਪਣਾ ਸਟਾਰਟ ਰਹੇਗਾ ਠੀਕ ਹੈ ਜੀ ਇਸ ਦੇ ਵਿੱਚ ਅਗਰ ਤੁਸੀਂ انرੋਲ ਕਰਵਾਉਣਾ ਚਾਹੁੰਦੇ ਹੋ ਤਾਂ انرੋਲ ਕਰਵਾ ਸਕਦੇ ਹੋ انرੋਲ ਕਰਵਾਉਣ ਦੇ ਲਈ ਸਿੰਪਲੀ ਸਾਡੀ ਐਪਲੀਕੇਸ਼ਨ ਡਾਊਨਲੋਡ ਕਰੋ ਤੇ ਉੱਥੋਂ ਤੁਸੀਂ ਇਸ ਦੇ ਵਿੱਚ ਐਨਰੋਲ ਕਰਵਾ ਸਕਦੇ ਹਾਂ ਸਟਾਰਟ ਕਰਦੇ ਹਾਂ ਸੈਸ਼ਨ ਅਧਿਆਪਨ ਵਿੱਚ ਪੈਡਾਗੋਗੀ ਪੈਡਾਗੋਗੀ ਦਾ ਅਧਿਆਪਨ ਅਧਿਆਪਕ ਦੇ ਵਿੱਚ ਕੀ ਰੋਲ ਹੈ ਤਾਂ ਸਿੱਖਿਆ ਵਿੱਚ ਪੈਡਾਗੋਗੀ ਜਾ ਤਾਂ ਅਧਿਆਪਕ ਕੇਂਦਰਿਤ ਜਾ ਘੱਟ ਤਕਨੀਕ ਜਾ ਉੱਚ ਤਕਨੀਕੀ ਪਹੁੰਚ ਨਾਲ ਸਿੱਖਿਆਤ ਹੋ ਸਕਦੀ ਹੈ ਠੀਕ ਹੈ ਅਧਿਆਪਕ ਕੇਂਦ੍ਰਿਤ ਸਿੱਖਲਾਈ ਅਧਿਆਪਕ ਦੇ ਭਾਸ਼ਣ ਦੇਣ ਅਤੇ ਸਿੱਧੀ ਹਦਾਇਤਾਂ ਦੁਆਰਾ ਸਮਗਰੀ ਨੂੰ ਸਾਂਝਾ ਕਰਨ ਤੇ ਕੇਂਦ੍ਰਿਤ ਕਰਦੀ ਹੈ ਇਹ ਅਧਿਆਪਕ ਦੇ ਗਿਆਨ ਨੂੰ ਨਿਰਧਾਰਿਤ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਉਹ ਗਿਆਨ ਪ੍ਰਦਾਨ ਕਰਦਾ ਹੈ ਅਧਿਆਪਕ ਦੁਆਰਾ ਕੇਂਦ੍ਰਿਤ ਮੁਲਾਂਕਣ ਕੱਟੇ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਇਹ ਦਰਸਾਉਣ ਲਈ ਕਿ ਉਹ ਉਸ ਗਿਆਨ ਨੂੰ ਜਾਣਦੇ ਹਨ ਜੋ ਇਕਾਈ ਦੇ ਅੰਤ ਵਿੱਚ ਉਹਨਾਂ ਨਾਲ ਸਾਂਝਾ ਕੀਤਾ ਗਿਆ ਬੀਟੀਕਲੀ ਇਸ ਪੂਰੀ ਅਗਰ ਆਪਾਂ ਪੈਰਾਗ੍ਰਾਫ ਰੀਡ ਕੀਤੇ ਇਸ ਦੇ ਵਿੱਚ ਮਤਲਬ ਕੀ ਹੈ ਕਿ ਜਿਹੜੇ ਜਿਹੜੀ ਪੈਡਾਗੋਜੀ ਹੈ ਉਹ ਜਾਂ ਤਾਂ ਅਧਿਆਪਕ ਕੇਂਦ੍ਰਿਤ ਹੋ ਸਕਦੀ ਹੈ ਜਾਂ ਸਟੂਡੈਂਟ ਕੇਂਦ੍ਰਿਤ ਹੋ ਸਕਦੀ ਹੈ ਠੀਕ ਹੈ ਅਗਰ ਕਿਸੇ ਨੇ ਈਟੀਟੀ ਵਗੈਰਾ ਤੁਸੀਂ ਕੀਤੀ ਹੋਏਗੀ ਤਾਂ ਹੀ ਪੋਸਟ ਨੂੰ ਭਰੇ ਤਾਂ ਤੁਸੀਂ ਸਟੱਡੀ ਉਦੋਂ ਵੀ ਕੀਤੀ ਹੋਏਗੀ ਕਿ ਜਿਹੜੀ ਪੈਡਾਗੋਜੀ ਹੁੰਦੀ ਹੈ ਪੈਡਾਗੋਜੀ ਦੇ ਵਿੱਚ ਜਾਂ ਤਾਂ ਉਹ ਸਟੂਡੈਂਟ ਸੈਂਟਰਡ ਹੁੰਦੀ ਹੈ ਚਾਈਲਡ ਸੈਂਟਰਡ ਕਹਿੰਦੇ ਆਪਾਂ ਜਾਂ ਕਹਿੰਦੇ ਆ ਕਿ ਅਧਿਆਪਕ ਸੈਂਟਰਡ ਟੀਚਰਸ ਸੈਂਟਰਡ ਠੀਕ ਹੈ ਤਾਂ ਜਿਹੜੀ ਟੀਚਰਸ ਸੈਂਟਰਡ ਪੈਡਾਗੋਜੀ ਹੈ ਉਹ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਆਪਾਂ ਉਸ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੀ ਹਦਾਇਤਾਂ ਹੁੰਦੀਆਂ ਨੇ ਉਹਨਾਂ ਨੂੰ ਮੇਨ ਫੋਕਸ ਕਰਦੇ ਹਾਂ ਠੀਕ ਹੈ ਗਿਆਨ ਨੂੰ ਜਿਹੜਾ ਅਧਿਆਪਕ ਦਾ ਗਿਆਨ ਹੈ ਉਸ ਨੂੰ ਕੇਂਦ੍ਰਿਤ ਕੀਤਾ ਜਾਂਦਾ ਹੈ ਉਸ ਦੇ ਅਨੁਸਾਰ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਠੀਕ ਹੈ ਨੈਕਸਟ ਵਿਦਿਆਰਥੀ ਕੇਂਦਰ ਸਿਖਲਾਈ ਵਿਦਿਆਰਥੀ ਨੂੰ ਉਹਨਾਂ ਦੀ ਆਪਣੀ ਸਿਖਲਾਈ ਪ੍ਰਕਿਰਿਆ ਵਿੱਚ ਸਗਰਗਮ ਪਾਗੀਦਾਰ ਬਣਨ ਦਾ ਨਿਰਦੇਸ਼ ਦਿੰਦੀ ਹੈ ਜਦੋਂ ਕਿ ਅਧਿਆਪਕ ਅਜੇ ਵੀ ਸਮਾਗਰੀ ਪ੍ਰਦਾਨ ਕਰਦਾ ਹੈ ਉਹ ਵਿਦਿਆਰਥੀਆਂ ਨੂੰ ਸਿੱਖਣ ਲਈ ਸਹਾਇਤਾ ਲਈ ਵਧੇਰੇ ਕੋਚਿੰਗ ਜਾਂ ਸਲਾਹ ਦੇਣ ਦੀ ਭੂਮਿਕਾ ਅਦਾ ਕਰਦੇ ਹਨ ਵਿਦਿਆਰਥੀ ਕੇਂਦ੍ਰਿਤ ਮੁਲਾਂਕਣ ਗਿਣਨ ਦਾ ਮੁਲਾਂਕਣ ਕਰਨ ਲਈ ਵਧੇਰੇ ਅਕਸਰ ਦਿੱਤੇ ਜਾਂਦੇ ਹਨ ਅਤੇ ਵਧੇਰੇ ਉਦੇਸ਼ ਹੁੰਦੇ ਹਨ ਬੇਸਿਕਲੀ ਮਟੀਰੀਅਲ ਪ੍ਰੋਵਾਈਡ ਕੀਤਾ ਜਾਂਦਾ ਹੈ ਠੀਕ ਹੈ ਸਿੱਖਾਈ ਪ੍ਰਕਿਰਿਆ ਦੇ ਜਿਹੜਾ ਮਟੀਰੀਅਲ ਹੁੰਦਾ ਹੈ ਠੀਕ ਹੈ ਫੋਰ ਐਗਜ਼ਾਮਪਲ ਮਾਡਲਸ ਵਗੈਰਾ ਜਾਂ ਕਹਿ ਸਕਦੇ ਹਾਂ ਕੀ ਬਲੈਕਬੋਰਡ ਦਾ ਯੂਜ਼ ਕੀਤਾ ਜਾਂਦਾ ਹੈ ਤਾਂ ਇਹ ਕਿਸ ਦੇ ਵਿੱਚ ਹੁੰਦਾ ਹੈ ਵਿਦਿਆਰਥੀ ਕੇਂਦਰੀ ਸਿੱਖਲਾਈ ਵਿਦਿਆਰਥੀ ਨੂੰ ਉਹਨਾਂ ਦੀ ਸਿੱਖਲਾਈ ਪ੍ਰਕਿਰਿਆ ਵਿੱਚ ਭਾਗੀਦਾਰ ਬਣਨ ਦਾ ਨਿਰਦੇਸ਼ ਦਿੰਦੀ ਹੈ ਠੀਕ ਹੈ ਸਮਗਰੀ ਪ੍ਰਦਾਨ ਕੀਤੀ ਜਾਂਦੀ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਸਿੱਖਿਆ ਦੀ ਸਹਾਇਤਾ ਵਿੱਚ ਜ਼ਿਆਦਾ ਕੋਚਿੰਗ ਔਰ ਸਲਾਹ ਦੇਣ ਦੇ ਲਈ ਵੀ ਜਿਹੜੀ ਟੀਚਰ ਹੁੰਦੀ ਹੈ ਜਾਂ ਅਧਿਆਪਕ ਹੁੰਦਾ ਹੈ ਉਹ ਰੋਲ ਅਦਾ ਕਰਦਾ ਹੈ ਵਿਗਿਆ ਵਿਦਿਆਰਥੀ ਕੇਂਦ੍ਰਿਤ ਮੁਲਾਂਕਣ ਗਿਆਨ ਦਾ ਮੁਲਾਂਕਣ ਕਰਨ ਦੇ ਲਈ ਕਿ ਜਿਹੜਾ ਚਾਈਲਡ ਸੈਂਟਰ ਗਿਆਨ ਹੈ ਟੀਚਿੰਗ ਹੈ ਉਸ ਦਾ ਮੁਲਾਂਕਣ ਕਰਨ ਦੇ ਲਈ ਉਸ ਨੂੰ ਅੰਕਨ ਦੇ ਲਈ ਕਹਾਂਗੇ ਆਪਾਂ ਤਾਂ ਕੀ ਹੁੰਦਾ ਹੈ ਉਸ ਦੇ ਵਿੱਚ ਜ਼ਿਆਦਾ ਉਦੇਸ਼ ਦਿੱਤੇ ਜਾਂਦੇ ਉੱਚ ਤਕਨੀਕੀ ਅਤੇ ਘੱਟ ਤਕਨੀਕੀ ਪਹੁੰਚ ਦਾ ਸੰਕੇਤ ਹੈ ਕਿ ਇਹ ਅਧਿਆਪਕ ਸਮਗਰੀ ਨੂੰ ਸਿਖਾਉਣ ਵਿੱਚ ਕਿੰਨੀ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਕਿ ਇਸ ਦੇ ਵਿੱਚ ਕਿੰਨੀ ਟੈਕਨੋਲੋਜੀ ਦਾ ਯੂਜ਼ ਕੀਤਾ ਜਾਂਦਾ ਹੈ ਉਹ ਉਸ ਤੇ ਡਿਪੈਂਡ ਕਰੇਗਾ ਕਿ ਇਹ ਉੱਚ ਤਕਨੀਕੀ ਹੈ ਜਾਂ ਘੱਟ ਤਕਨੀਕੀ ਹੈ ਠੀਕ ਹੈ ਵੀ ਹਾਈ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ ਲੋ ਟੈਕਨੋਲੋਜੀ ਫੋਰ ਏਗਜ਼ਾਮਪਲ ਅਗਰ ਪੁਰਾਣੇ ਟਾਈਮ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਿੰਪਲ ਬਲੈਕਬੋਰਡ ਹੋ ਗਿਆ ਠੀਕ ਹੈ ਇਹਨਾਂ ਚੀਜ਼ਾਂ ਦਾ ਯੂਜ਼ ਕੀਤਾ ਜਾਂਦਾ ਸੀ ਪਰ ਅਗਰ ਅੱਜ ਦੀ ਗੱਲ ਕਰਦੇ ਹਾਂ ਤਾਂ ਸਮਾਰਟ ਬੋਰਡ ਆ ਚੁੱਕੇ ਨੇ ਪ੍ਰੋਜੈਕਟਰ ਆ ਚੁੱਕੇ ਨੇ ਠੀਕ ਹੈ ਚਾਰਟਸ ਵਗੈਰਾ ਕਾਫੀ ਜ਼ਿਆਦਾ ਯੂਜ਼ ਕੀਤੇ ਜਾਂਦੇ ਨੇ ਠੀਕ ਹੈ ਇਸ ਤੋਂ ਇਲਾਵਾ ਡਿਫਰੈਂਟ ਡਿਫਰੈਂਟ ਫਿਰ ਉਸ ਤੋਂ ਬਾਅਦ ਕੰਪੀਟੀਸ਼ਨਸ ਵਗੈਰਾ ਫੋਰ ਏਗਜ਼ਾਮਪਲ ਪੋਸਟਰ ਮੇਕਿੰਗ ਕਰਵਾ ਲਈ ਤਾਂ ਇਸ ਦੇ ਵਿੱਚ ਬੱਚੇ ਨੂੰ ਗਿਆਨ ਦੇ ਵਿੱਚ ਜ਼ਿਆਦਾ ਵਾਅਦਾ ਕੀਤਾ ਜਾਂਦਾ ਇਨ ਫੈਕਟਸ ਦੇਣ ਠੀਕ ਹੈ ਹਾਈ ਟੈਕ ਟੈਕਨੋਲੋਜੀ ਸ਼ਾਮਿਲ ਹਨ ਜਿਵੇਂ ਕਿ Google Suite ਨਿਜੀ ਉਪਕਰਨ ਵੈਬ ਕੁਆਇਟਰਸ ਅਤੇ ਐਪਸ ਕਟ ਤਕਨੀਕੀ ਵਿਧੇਰੇ ਕਾਗਜ਼ ਆਧਾਰਿਤ ਜਿਵੇਂ ਕਿ ਵਰਕਸ਼ੀਟ ਅਤੇ ਹੈਡ-ਆਨ ਪ੍ਰੋਜੈਕਟ ਠੀਕ ਹੈ ਜੀ ਇਹ ਦੱਸਾਉਂਦਾ ਹੈ ਕਿ ਵਿਦਿਆਰਥੀ ਸਿਖਲਾਈ ਪ੍ਰਾਪਤ ਕਰਨ ਲਈ ਇਨ੍ਹਾਂ ਤਕਨੀਕਾਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ ਇੱਕ ਉੱਚ ਤਕਨੀਕੀ ਅਧਿਆਪਕ ਕੇਂਦਰ ਪਹੁੰਚ ਵਿੱਚ ਸਮਗਰੀ ਜਾਂ ਵੀਡੀਓ ਸਾਂਝਾ ਕਰਨ ਦੇ ਲਈ ਜਾਣਕਾਰੀ ਬਾਰੇ ਪ੍ਰੀਜੀ ਪੇਸ਼ਕਾਰੀ ਸ਼ਾਮਿਲ ਹੋ ਸਕਦੀ ਹੈ ਇੱਕ ਉੱਚ ਤਕਨੀਕੀ ਵਿਦਿਆਰਥੀ ਕੇਂਦਰ ਪਹੁੰਚ ਵਿੱਚ ਵੈਬ ਵੈਬਸਾਈਟ ਆਏਗਾ ਤੇ ਵੈਬਸਾਈਟ ਜਾਂ ਕਿਸੇ ਕਿਸਮ ਦੀ ਰੋਮਿੰਗ ਹੌਸਟ ਗੇਮਿੰਗ ਹੋ ਸਕਦੀ ਹੈ ਕੱਟ ਤਕਨੀਕ ਅਧਿਆਪਕ ਕੇਂਦ੍ਰਿਤ ਵਿੱਚ ਸਿੱਧੀ ਹਦਾਇਤ ਨਾਲ ਸ਼ਾਮਿਲ ਕੀਤੀ ਜਾਂਦੀ ਹੈ ਜਦੋਂ ਕਿ ਕੱਟ ਤਕਨੀਕ ਵਿਦਿਆਰਥੀ ਕੇਂਦਰ ਵਰਕਸ਼ੀਟਾਂ ਅਤੇ ਹੱਥਾਂ ਵਿੱਚ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਨੂੰ ਮਿਲਾਉਂਦੇ ਹਨ ਬੇਸਿਕਲੀ ਉਹ ਹੀ ਗੱਲ ਜਿਹੜੀ ਆਪਾਂ ਹੁਣੇ ਕੀਤੀ ਹੈ ਜਿਹੜੀ ਹਾਈ ਟੈਕਨਿਕਸ ਹੁੰਦੀਆਂ ਨੇ ਇਸ ਦੇ ਵਿੱਚ ਡਿਫਰੈਂਟ ਡਿਫਰੈਂਟ ਸਮੱਗਰੀ ਫੋਰ ਇਗਜ਼ਾਮਪਲ ਵੀਡੀਓ ਵਗੈਰਾ ਹੁੰਦੀ ਹੈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਵੈਬਸਾਈਟਾਂ ਵਗੈਰਾ ਹੋ ਸਕਦੀਆਂ ਨੇ ਠੀਕ ਹੈ ਇਸੇ ਤਰੀਕੇ ਨਾਲ ਜਿਹੜੀ ਅਧਿਆਪਕ ਕੇਂਦ੍ਰਿਤ ਕੱਟ ਟੈਕਨੋਲੋਜੀ ਹੁੰਦੀ ਹੈ ਤਾਂ ਕੱਟ ਟੈਕਨੋਲੋਜੀ ਦੇ ਵਿੱਚ ਨਾਰਮਲ ਜਿਹੜੀ ਕਾਪੀਜ਼ ਵਗੈਰਾ ਇਹਨਾਂ ਨੂੰ ਐਕਸਚੇਂਜ ਕੀਤਾ ਜਾਂਦਾ ਹੈ ਕਾਪੀਜ਼ ਦੇ ਵਿੱਚ ਲਿਖਿਆ ਜਾਂਦਾ ਹੈ ਠੀਕ ਹੈ ਇੱਥੇ ਡਾਟਾ ਕਲੈਕਟ ਕੀਤਾ ਜਾਂਦਾ ਹੈ ਅਗਰ ਆਪਾਂ ਵਧ ਟੈਕਨੋਲੋਜੀ ਵੱਲ ਚੱਲਦੇ ਹਾਂ ਤਾਂ ਆਪਾਂ ਮੋਬਾਈਲਸ ਵਗੈਰਾ ਦੇ ਵਿੱਚ ਜਾਂ ਐਪਲੀਕੇਸ਼ਨਸ ਵਗੈਰਾ ਦੇ ਵਿੱਚ ਫੋਰ ਐਗਜ਼ਾਮਪਲ ਹੁਣ ਆਪਾਂ ਗੱਲ ਕਰਦੇ ਹਾਂ ਤਾਂ ਆਪਣੀ ਐਪਲੀਕੇਸ਼ਨ ਦੀ ਤੇ ਗਿਲਜ਼ ਮੈਂਟਰ ਦੀ ਐਪਲੀਕੇਸ਼ਨ ਹੈ ਐਥੇ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਇੱਥੇ ਸਟੱਡੀ ਕਰਨ ਦੇ ਲਈ ਇਹ ਜਿਹੜੀ ਟੈਕਨੀਕ ਹੈ ਇਹ ਕੀ ਹੈ ਹਾਈ ਟੈਕਨੋਲੋਜੀ ਟੈਕਨੀਕ ਹੈ ਠੀਕ ਹੈ ਜਿਹੜੀ ਆਪਾਂ ਸਕੂਲਸ ਦੇ ਵਿੱਚ ਜਾ ਕੇ ਸਟੱਡੀ ਕਰਦੇ ਹਾਂ ਔਰ ਉਹਨਾਂ ਨੂੰ ਕਹਿ ਸਕਦੇ ਕਿ ਨੋਟਬੁక్స్ ਵਗੈਰਾ ਦੇ ਉੱਤੇ ਨੋਟ ਕਰਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਲੋ ਟੈਕਨਿਕਸ ਕਲਾਸਰੂਮ ਦੇ ਅੰਡਰ ਪੈਡਾਗੋਗੀ ਦੇ ਇਨ੍ਹਾਂ ਹਰੇਕ ਪਹੁੰਚ ਦੇ ਲਾਭ ਅਤੇ ਕਮਜ਼ੋਰੀਆਂ ਹਨ ਵਿਦਿਆਰਥੀਆਂ ਨੂੰ ਸਿਖਾਉਣ ਲਈ ਸਹਾਇਤਾ ਕਰਨ ਦਾ ਆਖਰੀ ਤਰੀਕਾ ਕਲਾਸਰੂਮ ਦੇ ਅੰਦਰ ਵਿਦਿਆਰਥੀਆਂ ਦੀਆਂ ਕਿਸਮਾਂ ਤੱਕ ਪਹੁੰਚਾਉਣ ਲਈ ਇਨ੍ਹਾਂ ਵਿਗਿਆਨਿਕ ਢੰਗਾਂ ਦੇ ਸੁਮੇਲ ਦੀ ਵਰਤੋਂ ਕਰਨਾ ਹੁੰਦਾ ਹੈ ਨੈਕਸਟ ਚਲਦੇ ਆਪਾਂ ਸਿੱਖਿਆ ਦੇ ਵਿੱਚ ਪੈਡਾਗੋਗੀ ਦਾ ਕੀ ਅਰਥ ਹੈ ਸਿੱਖਿਆ ਵਿੱਚ ਪੈਡਾਗੋਗੀ ਵਿਦਿਆਰਥੀਆਂ ਦੀਆਂ ਵੱਖੋ-ਵੱਖਰੀਆਂ ਸਿੱਖਲਾਈ ਸ਼ੈਲੀਆਂ ਤੇ ਕੇਂਦ੍ਰਿਤ ਕਰਦੀ ਹੈ ਹਰ ਅਧਿਆਪਕ ਜਾਣਦਾ ਹੈ ਕਿ ਕੋਈ ਵੀ ਵਿਦਿਆਰਥੀ ਬਿਲਕੁਲ ਇੱਕੋ ਜਿਹੇ ਨਹੀਂ ਹੁੰਦੇ। ਅਗਰ ਲਗ ਲਗ ਸਟੂਡੈਂਟਸ ਦੀ ਗੱਲ ਕਰਦੇ ਹਾਂ ਤਾਂ ਟੀਚਰ ਨੂੰ ਪਤਾ ਹੁੰਦਾ ਹੈ ਕਿ ਸਟੂਡੈਂਟਸ ਕੁਝ ਜ਼ਿਆਦਾ ਤੇਜ਼ ਹੁੰਦੇ ਨੇ, ਕੁਝ ਸਲੋ ਹੁੰਦੇ ਨੇ, ਕੁਝ ਕਾਫੀ ਜ਼ਿਆਦਾ ਸਲੋ ਹੁੰਦੇ ਨੇ। ਠੀਕ ਹੈ? ਹਰ ਇੱਕ ਤਰੀਕੇ ਦਾ ਅਗਰ ਪਰਸਨ ਦਾ ਅਗਰ ਮਾਈਂਡ ਦੀ ਗੱਲ ਕਰਦੇ ਆਂ ਤਾਂ ਹਰ ਇੱਕ ਅਲੱਗ-ਅਲੱਗ ਹੈ। ਠੀਕ ਹੈ? ਇਸੇ ਤਰੀਕੇ ਨਾਲ ਉਹਨਾਂ ਨੂੰ ਕੰਮ ਵੀ ਉਸੇ ਤਰੀਕੇ ਨਾਲ ਕਰਾਉਣਾ ਚਾਹੀਦਾ ਹੈ। ਇਸ ਲਈ ਇਹ ਪਤਾ ਲਗਾਉਣਾ ਕਿ ਵਿਦਿਆਰਥੀ ਕਿਵੇਂ ਸਿੱਖਦੇ ਹਨ। ਅਧਿਆਪਕ ਨੂੰ ਉਹ ਸਬਕ ਬਣਾਉਣ ਵਿੱਚ ਸਹਾਇਤਾ ਕਰਦੇ ਹਨ ਜੋ ਹਰੇਕ ਵਿਦਿਆਰਥੀਆਂ ਨੂੰ ਸਿੱਖਣ ਦੇ ਤਰੀਕੇ ਵਿੱਚ ਸਹਾਇਤਾ ਕਰਦੇ ਹਨ ਕੀ ਹੋਏਗਾ ਕਿ ਫੋਰ ਐਗਜ਼ਾਮਪਲ ਅਗਰ ਆਪਾਂ ਕੋਈ ਟੌਪਿਕ ਹੈ ਇੱਕ ਟੌਪਿਕ ਦੇ ਵਿੱਚ ਅਗਰ ਆਪਾਂ ਫੋਰ ਐਗਜ਼ਾਮਪਲ ਅਗਰ ਕਿਸੇ ਮੈਥ ਦਾ ਟੌਪਿਕ ਕਰ ਰਹੇ ਹਾਂ ਜਾਂ ਐਜ਼ ਅ ਕਰੰਟ ਅਫੇਅਰ ਫੈਕਲਟੀ ਮੈਂ ਕਰੰਟ ਅਫੇਅਰ ਟੀਚ ਕਰ ਰਹੇ ਹਾਂ ਤਾਂ ਮੈਂ ਸਿੱਧੇ ਕਰੰਟ ਅਫੇਅਰ ਸਟੱਡੀ ਕਰਾ ਰਹੇ ਹਾਂ ਕਿ ਫੋਰ ਐਗਜ਼ਾਮਪਲ ਅਗਰ ਆਪਾਂ ਕਹੀਏ ਕਿ ਰਸ਼ੀਆ ਤਾਂ ਆਪਾਂ ਨੇ ਇਹ ਮਿਸਾਈਲ ਖਰੀਦ ਲਈਏ ਠੀਕ ਹੈ ਪਰ ਕਿਸੇ ਨੂੰ ਬੇਸਿਕ ਹੀ ਨਹੀਂ ਪਤਾ ਕਿ ਇਸ ਮਿਸਾਈਲ ਨੂੰ ਰਸ਼ੀਆ ਨੇ ਜਦੋਂ ਡਿਵੈਲਪ ਕੀਤਾ ਫੋਰ ਐਗਜ਼ਾਮਪਲ ਪਰ ਬ੍ਰਹਮੋਜ਼ ਦੀ ਗੱਲ ਕਰਦੇ ਆ ਤਾਂ ਆਪਾਂ ਨੇ ਕਿਹਾ ਕਿ ਬ੍ਰਹਮੋਜ਼ ਮਿਸਾਈਲ ਇੰਡੀਆ ਹੁਣ ਦੂਸਰੀ ਕੰਟਰੀਜ਼ ਨੂੰ ਵੇਚਣ ਜਾ ਰਹੀ ਹੈ ਠੀਕ ਹੈ ਪਰ ਜਿਹੜੀ ਬ੍ਰਹਮੋਜ਼ ਦਾ ਬੇਸਿਕ ਕੀ ਹੈ ਬ੍ਰਹਮੋਜ਼ ਜਿਹੜੀ ਮਿਸਾਈਲ ਸੀ ਉਹ ਰਸ਼ੀਆ ਤੋਂ ਬਣਾਈ ਗਈ ਸੀ ਰਸ਼ੀਆ ਦੇ ਨਾਲ ਮਿਲ ਕੇ ਰਸ਼ੀਆ ਦੇ ਨਾਲ ਮਿਲ ਕੇ ਬ੍ਰਹਮੋਜ਼ ਮਿਸਾਈਲ ਬਣਾਈ ਗਈ ਫਿਰ ਅਗਰ ਆਪਾਂ ਗੱਲ ਕਰਦੇ ਹਾਂ ਇਸ ਦਾ ਨਾਮ ਬ੍ਰਹਮੋਜ਼ ਕਿਸ ਤਰੀਕੇ ਨਾਲ ਰੱਖਿਆ ਗਿਆ ਇੱਕ ਰਸ਼ੀਆ ਦੀ ਰਿਵਰ ਦਾ ਨਾਮ ਇੱਕ ਇੰਡੀਆ ਦੀ ਰਿਵਰ ਦਾ ਨਾਮ ਦੋਨਾਂ ਨੂੰ ਜੋੜ ਕੇ ਇਸ ਦਾ ਨਾਮ ਰੱਖਿਆ ਗਿਆ ਇਸੇ ਤਰੀਕੇ ਨਾਲ ਠੀਕ ਹੈ ਇਹ ਜਿਹੜਾ ਬੇਸਿਕ ਫੈਕਟ ਹੈ ਤਾਂ ਕੁਝ ਬੱਚੇ ਨੂੰ ਇਹ ਚੀਜ਼ ਪਤਾ ਹੋਏਗੀ ਪਰ ਕੁਝ ਬੱਚੇ ਨੂੰ ਨਹੀਂ ਪਤਾ ਹੋਏਗੀ ਠੀਕ ਹੈ ਇਸੇ ਤਰੀਕੇ ਨਾਲ ਜਿਹੜਾ ਟੀਚਰ ਹੁੰਦਾ ਹੈ ਉਹ ਕੀ ਕਰਦਾ ਹੈ ਉਹ ਆਪਣਾ ਜਿਹੜਾ ਲੈਸਨ ਡਵੈਲਪ ਕਰਦਾ ਹੈ ਕਿ ਉਹ ਕਿਸ ਤਰੀਕੇ ਨਾਲ ਸਟਡੀ ਕਰਾਏਗਾ ਤਾਂ ਉਹ ਹਰ ਇੱਕ ਬੱਚੇ ਨੂੰ ਦੇਖ ਕੇ ਸਟਡੀ ਕਰਾਉਂਦਾ ਹੈ ਠੀਕ ਹੈ ਵਿਦਿਆਰਥੀ ਕਿਵੇਂ ਸਿੱਖਦੇ ਹਨ ਇਸ ਬਾਰੇ ਕਈ ਵੱਖੋ ਵੱਖਰੇ ਸਿਧਾਂਤ ਹਨ ਸਭ ਤੋਂ ਪਹਿਲੇ ਗਾਰਡਨਰ ਦਾ ਮਲਟੀਪਲ ਐਂਟੀ ਲੈਜੈਂਸ ਦੀ ਥਿਊਰੀ ਹੈ ਜਿਸ ਨੂੰ ਹਾਰਵਰਡ ਗਾਰਡਨਰ ਨੇ 1983 ਦੇ ਵਿੱਚ ਵਿਕਸਿਤ ਕੀਤਾ ਸੀ ਇਹ ਕਹਿੰਦਾ ਹੈ ਕਿ ਇੱਥੇ ਅੱਠ ਤਰੀਕੇ ਹਨ ਜਿਸ ਨੂੰ ਲੋਕ ਸਿੱਖਦੇ ਹਨ ਅਗਰ ਅੱਠ ਤਰੀਕਿਆਂ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲੇ ਵਿਜ਼ੂਅਲ ਸਥਾਨਿਕ ਵਿਜ਼ੂਅਲ ਸਥਾਨਿਕ ਇਹ ਲੋਕ ਪਹੇਲੀਆਂ ਨਕਸ਼ੇ ਅਤੇ ਦਿਸ਼ਾਵਾਂ ਦੇ ਢੰਗ ਹਨ ਠੀਕ ਹੈ ਵਿਜ਼ੂਅਲ ਯਾਨੀ ਕਿ ਵਿਜ਼ੂਅਲ ਕੋਈ ਚੀਜ਼ ਦੇਖ ਕੇ ਸਿੱਖ ਰਹੇ ਆਪਾਂ ਦੇਖਣ ਦੇ ਵਿੱਚ ਸਭ ਤੋਂ ਪਹਿਲੇ ਕੀ ਹੁੰਦਾ ਫੋਰ ਐਗਜ਼ਾਮਪਲ ਮੈਪਸ ਵਗੈਰਾ ਹੋਗੇ ਜਾਂ ਅਗਰ ਆਪਾਂ ਗਏ ਇਹ ਡਾਇਰੈਕਸ਼ਨਸ ਵਗੈਰਾ ਹੋ ਗਈਆਂ ਉਹਨਾਂ ਨੂੰ ਯੂਜ਼ ਕੀਤਾ ਜਾਂਦੇ భాషאי जुबानी ਉਹ ਸ਼ਬਦਾਂ ਨਾਲ ਚੰਗੇ ਹਨ ਜਿਵੇਂ ਬੋਲੇ ਅਤੇ ਲਿਖੇ ਗਏ ਹਨ ਉਹ ਚੀਜ਼ਾਂ ਜਿਹੜੀ ਬੋਲ ਕੇ ਅਤੇ ਲਿਖ ਕੇ ਯਾਦ ਕੀਤੀਆਂ ਗਈਆਂ ਨੇ ਆਪਸੀ ਅਨੁਭਵ ਅਤੇ ਸੰਬੰਧਾਂ ਵਿੱਚ ਚੰਗਾ ਹੈ ਇੱਕ ਕਿਸਮ ਦਾ ਸਿੱਖਣ ਵਾਲਾ ਬਹੁਤ ਅਨੁਭਵੀ ਹੈ ਅਤੇ ਸੰਬੰਧਾਂ ਵਿੱਚ ਚੰਗਾ ਹੈ ਠੀਕ ਹੈ ਫੋਰ ਐਗਜ਼ਾਮਪਲ ਕਿਸੇ ਨਾਲ ਬੋਲ ਚਾਲ ਦੇ ਵਿੱਚ ਅੱਛਾ ਹੈ ਔਰ ਜਿਹੜੀ ਚੀਜ਼ਾਂ ਨੂੰ ਇੱਕ ਵਾਰ ਦੇ ਵਿੱਚ ਸੁਣ ਕੇ ਉਸ ਨੂੰ ਈਜ਼ੀਲੀ ਕੈਚ ਕਰ ਸਕਦਾ ਹੈ ਇਸ ਤਰੀਕੇ ਦਾ ਸਟੂਡੈਂਟ ਠੀਕ ਹੈ ਇਸ ਤੋਂ ਇਲਾਵਾ ਇੰਟਰਪਰਸਨਲ ਸਟੂਡੈਂਟ ਉਹ ਕੀ ਹੁੰਦਾ ਇੱਕ ਸਿੱਖਿਅਕ ਬਹੁਤ ਪ੍ਰਤੀਬਿੰਬਿਤ ਅਤੇ ਸਵੈ ਮੁਲੰਕਾਂ ਵਾਲਾ ਹੈ ਯਾਨੀ ਕਿ ਉਹ ਜਿਹੜੀ ਯਾਨੀ ਕਿ ਇੱਕ ਸਟੂਡੈਂਟ ਜੋ ਕੋਈ ਚੀਜ਼ ਸੁਣ ਰਿਹਾ ਉਸ ਨੂੰ ਡਾਇਰੈਕਟਲੀ ਨਹੀਂ ਫੋਲੋ ਕਰ ਰਿਹਾ ਉਸ ਨੂੰ ਕੀ ਕਰ ਰਿਹਾ ਕਿ ਉਸ ਨੂੰ ਪਹਿਲੇ ਚੈੱਕ ਵੀ ਕਰ ਰਿਹਾ ਔਰ ਉਸ ਨੂੰ ਪ੍ਰੋਪਰ ਇਵੈਲੂਏਟ ਕਰਕੇ ਉਸ ਤੋਂ ਬਾਅਦ ਉਸ ਨੂੰ ਅਡਾਪਟ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਲੌਜੀਕਲ ਗਣਿਤ ਇੱਕ ਕਿਸਮ ਦਾ ਸਿੱਖਣ ਵਾਲਾ ਨੰਬਰ ਅਤੇ ਸਮੱਸਿਆ ਹੱਲ ਕਰਨ ਦੇ ਨਾਲ ਚੰਗਾ ਹੈ ਫੋਰ ਐਗਜ਼ਾਮਪਲ ਕੁਝ ਸਟੂਡੈਂਟਸ ਹੁੰਦੇ ਨੇ ਜਿਹੜੇ ਮੈਥਮੈਟਿਕਸ ਦੇ ਵਿੱਚ ਕਾਫੀ ਅੱਛੇ ਹੁੰਦੇ ਨੇ ਠੀਕ ਹੈ ਅਗਰ ਮੈਂ ਆਪਣੇ ਪਰਸਨਲ ਦੀ ਗੱਲ ਕਰਦਾ ਤਾਂ ਮੈਨੂੰ ਮੈਥਮੈਟਿਕਸ ਕਾਫੀ ਅੱਛਾ ਲੱਗਦਾ ਠੀਕ ਹੈ ਤਾਂ ਮੈਥਮੈਟਿਕਸ ਦੇ ਵਿੱਚ ਮੇਰਾ ਕਮਾਂਡ ਅੱਛੀ ਹੈ ਤਾਂ ਮੈਂ ਕੀ ਹਾਂ ਇੱਕ ਲੌਜੀਕਲ ਗਣਿਤ ਸਟੂਡੈਂਟ ਨੈਕਸਟ ਸੰਗੀਤਕ ਇੱਕ ਸਿੱਖਣ ਵਾਲੇ ਦੀ ਤਾਲ ਅਤੇ ਸੰਗੀਤ ਦੀ ਘਾਟ ਹੈ ਠੀਕ ਹੈ ਯਾ ਕਹਿੰਦਾ ਮਤਲਬ ਕਿ ਉਹ ਸੰਗੀਤ ਦੇ ਵਿੱਚ ਅੱਛਾ ਹੈ ਫੋਰ ਐਗਜ਼ਾਮਪਲ ਕੁਝ ਸਟੂਡੈਂਟਸ ਹੁੰਦੇ ਨੇ ਜਿਹੜੇ ਕਲਾਸਿਸ ਦੇ ਵਿੱਚ ਸਟੱਡੀ ਦੇ ਵਿੱਚ ਅੱਛੇ ਨਹੀਂ ਹੁੰਦੇ ਪਰ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਅੱਛੇ ਹੁੰਦੇ ਨੇ ਫੋਰ ਇਗਜ਼ਾਮਪਲ ਸਪੋਰਟਸ ਹੋ ਗਈ ਠੀਕ ਹੈ ਕਿਸੇ ਦਾ 뮤직 ਦੇ ਵਿੱਚ ਜਿਆਦਾ ਇੰਟਰਸਟ ਹੈ ਤਾਂ ਇਸ ਤਰੀਕੇ ਦੇ ਸਟੂਡੈਂਟਸ ਬੋਡੀਲੀ ਕੈਨੇਸਥੈਟਿਕ ਇੱਕ ਸਿੱਖਿਆਕ ਬਹੁਤ ਹੱਥ ਪੈਰ ਵਾਲਾ ਹੈ ਅਤੇ ਇਸ ਦਾ ਹਰ ਹੱਥ ਅੱਖ ਦਾ ਵਧੀਆ ਤਾਲਮੇਲ ਹੈ ਕਹਿਣ ਦਾ ਮਤਲਬ ਕਿ ਉਸਦੇ ਜਿਹੜੀ ਬੋਡੀਲੀ ਮੂਵਮੈਂਟਸ ਨੇ ਬੋਡੀਲੀ ਮੂਵਮੈਂਟਸ ਨੇ ਉਹਨਾਂ ਦਾ ਤਾਲਮੇਲ ਕਾਫੀ ਅੱਛਾ ਹੈ ਇਹ ਚੀਜ਼ਾਂ ਕਿੱਥੇ ਕੰਮ ਆਉਂਦੀਆਂ ਨੇ ਸਪੋਰਟਸ ਦੇ ਵਿੱਚ ਕੰਮ ਆਉਂਦੇ ਨੇ ਬੋਡੀਲੀ ਮੂਵਮੈਂਟਸ ਦਾ ਕਮ ਫੋਰ ਇਗਜ਼ਾਮਪਲ ਕਿਸੇ ਵੀ ਤਰੀਕੇ ਦੀ ਸਪੋਰਟਸ ਹੋਗੀ ਜ਼ਿਆਦਾਤਰ ਅਗਰ ਆਰਥਰੀ ਦੀ ਗੱਲ ਕਰਦੇ ਆ ਤਾਂ ਇਸ ਤਰੀਕੇ ਦੀ ਜਿਹੜੀ ਸਪੋਰਟਸ ਹੁੰਦੀਆਂ ਨੇ ਇੱਥੇ ਬੋਡੀਲੀ ਮੂਵਮੈਂਟਸ ਕਾਫੀ ਜ਼ਿਆਦਾ ਕਮ ਆਂਦੀਆਂ ਨੇ ਕੁਦਰਤੀਵਾਦੀ ਇੱਕ ਸਿੱਖਿਆ ਕੁਦਰਤ ਤੇ ਉਹਨਾਂ ਦੇ ਵਾਤਾਵਰਣ ਦੇ ਅਨੁਕੂਲ ਹੈ ਕੋਈ ਸਟੂਡੈਂਟ ਜੋ ਅਗਰ ਗੱਲ ਕਰਦੇ ਆ ਕਿ ਵਾਤਾਵਰਣ ਦੇ ਅਨੁਕੂਲ ਹੈ ਯਾਨੀ ਕਿ এনवायरमेंटਲਿਸਟ ਬੰਨਾ ਚਾਹੁੰਦਾ ਹੈ ਉਸਦੇ এনवायरमेंट ਦੇ ਫੈਕਟਰਸ ਉਸਤੇ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਨੈਕਸਟ ਗਾਰਡਨਰ ਦੀ ਖੋਜ ਨੇ ਹਰੇਕ ਸਿੱਖਣ ਦੀ ਸ਼ੈਲੀ ਨੂੰ ਵੇਖਿਆ ਅਤੇ ਸੰਭਵ ਪੇਸ਼ੇ ਦੇ ਨਾਲ ਹਰ ਕਿਸਮ ਦੇ ਸਿੱਖਣ ਵਾਲੇ ਲਈ ਸ਼ਕਤੀਆਂ ਅਤੇ ਕਮਜ਼ੋਰੀਆਂ ਨਿਰਧਾਰਤ ਕਰਨ ਦੀ ਸਹਾਇਤਾ ਕੀਤੀ ਗਾਰਡਨ ਇਕੱਲਾ ਐਸਾ ਵਿਅਕਤੀ ਨਹੀਂ ਸੀ ਜੋ ਸਿੱਖਣ ਦੀਆਂ ਸ਼ੈਲੀਆਂ ਬਾਰੇ ਸਿਧਾਂਤ ਲੈ ਕੇ ਆਇਆ ਸੀ 1987 ਦੇ ਵਿੱਚ ਨੀਲ ਫਲੇਮਿੰਗ ਨੇ ਆਪਣੀ ਸਧਾਰਨ ਪਾਰਕ ਸਿਧਾਂਤ ਨੂੰ ਵਿਸ਼ਵ ਨਾਲ ਸਾਂਝਾ ਕੀਤਾ ਵਰਨ ਵਿਜ਼ੂਅਲ ਯੂਰਲ ਰੀਡਿੰਗ ਰਾਈਟਿੰਗ ਅਤੇ ਕਿ ਨੇ ਸਥਿਤਿਕ ਲਰਨਿੰਗ ਸਟਾਈਲ ਸਟਾਈਲ ਲਈਏ ਵਿਜ਼ੂਅਲ ਸਿੱਖਣ ਵਾਲੇ ਕਿਸੇ ਹੋਰ ਨੂੰ ਕੰਮ ਪੂਰਾ ਕਰਦੇ ਵੇਖ ਕੇ ਸਭ ਤੋਂ ਵਧੀਆ ਸਿੱਖਦੇ ਹਨ ਫਿਰ ਖੁਦ ਕੋਸ਼ਿਸ਼ ਕਰਦੇ ਹਨ ਕਿ ਉਹ ਚਾਰਟ ਤੇ ਚਿੱਤਰਾਂ ਲਈ ਵਧੀਆ ਕੰਮ ਕਰਦੇ ਹਨ ਇੱਕ ਵਾਦੂ ਸਿੱਖਣ ਵਾਲੇ ਨੂੰ ਇਸ ਦੀ ਸਹੀ ਪ੍ਰਕਿਰਿਆ ਲਈ ਜਾਣਕਾਰੀ ਨੂੰ ਸੁਣਨ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਜਿਹੜੀ ਆਪਾਂ ਹੁਣ ਟਾਈਪਸ ਡਿਸਕਸ ਕੀਤੀਆਂ ਨੇ ਉਸ ਦੇ ਵਿੱਚ ਉਸ ਨੂੰ ਐਕਸਪਲੇਨ ਕੀਤਾ ਗਿਆ ਕਿ ਫੋਰ ਐਗਜ਼ਾਮਪਲ ਜਿਹੜਾ ਵਿਜ਼ੂਅਲ ਸਿੱਖਣ ਵਾਲਾ ਹੈ ਠੀਕ ਹੈ ਜਿਹੜਾ ਮੈਪਸ ਵਗੈਰਾ ਤੋਂ ਦੇਖ ਕੇ ਸਿੱਖ ਜਾਂਦਾ ਹੈ ਜਾਂ ਡਾਇਰੈਕਸ਼ਨਸ ਵਗੈਰਾ ਨੂੰ ਦੇਖ ਕੇ ਸਿੱਖ ਜਾਂਦਾ ਹੈ ਉਸ ਨੂੰ ਸਭ ਤੋਂ ਪਹਿਲੇ ਕੀ ਹੁੰਦਾ ਕਿ ਵਿਜ਼ੂਅਲ ਦੇਖਣ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਉਹ ਕੀ ਕਰਦਾ ਉਹਨਾਂ ਨੂੰ ਚਾਰਟਸ ਨੂੰ ਚਿੱਤਰਾਂ ਨੂੰ ਹੋਰ ਵਧੀਆ ਤਰੀਕੇ ਨਾਲ ਐਕਸਪਲੇ ਕਹਿ ਸਕਾਂਗੇ ਕਿ ਐਕਸਪਲੋਰ ਕਰਦਾ ਐਕਸਪਲੋਰ ਯਾਨੀ ਕਿ ਉਸ ਨੂੰ ਅੱਛੇ ਤਰੀਕੇ ਨਾਲ ਕੋਸ਼ਿਸ਼ ਕਰਦਾ ਹੈ ਕਿ ਉਸ ਇਲਾਕੇ ਨੂੰ ਪੂਰੀ ਤਰੀਕੇ ਨਾਲ ਸਮਝ ਸਕੇ ਠੀਕ ਹੈ ਇਸੇ ਤਰੀਕੇ ਨਾਲ ਜਿਹੜਾ ਜ਼ਿਆਦਾ ਸਿੱਖਣ ਵਾਲਾ ਹੁੰਦਾ ਉਸ ਨੂੰ ਸਿਰਫ ਸੁਣਨ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਇਹ ਸਿੱਖਕ ਆਪਣੇ ਆਪ ਨੂੰ ਭਾਸ਼ਣ ਅਤੇ ਉੱਚੀ ਆਵਾਜ਼ ਵਿੱਚ ਪੜਨ ਦਾ ਆਨੰਦ ਲੈਂਦੇ ਹਨ ਠੀਕ ਹੈ ਪੜਨ ਅਤੇ ਲਿਖਣ ਵਾਲਾ ਸਿੱਖਿਆਕ ਪਾਠ ਪੁਸਤਕ ਨੂੰ ਪੜਨਾ ਅਤੇ ਨੋਟ ਲੈਣਾ ਪਸੰਦ ਕਰਦਾ ਹੈ ਠੀਕ ਹੈ ਜਿਹੜਾ ਆਪਾਂ ਹੁਣੇ ਡਿਸਕਸ ਕਰਕੇ ਹਟੇ ਸੀ ਉਹ ਭਾਸ਼ਾਵਾਂ ਲਿਖਣ ਅਤੇ ਨੋਟਬੰਦੀ ਬਣਾਉਣ ਨੂੰ ਵੀ ਤਜ਼ਰੀਹ ਦਿੰਦੇ ਹਨ ਠੀਕ ਹੈ ਉਹ ਕੀ ਕਰਦੇ ਹਨ ਕਿ ਨੋਟਸ ਵਗੈਰਾ ਅੱਛੇ ਤਰੀਕੇ ਨਾਲ ਕੁਝ ਸਟੂਡੈਂਟਸ ਹੁੰਦੇ ਨੇ ਕਿ ਨੋਟਸ ਅੱਛੇ ਤਰੀਕੇ ਨਾਲ ਬਣਾਉਂਦੇ ਨੇ ਠੀਕ ਹੈ ਚਾਹੇ ਉਸ ਨੂੰ ਬਾਅਦ ਦੇ ਵਿੱਚ ਪੜਦੇ ਨਹੀਂ ਪਰ ਨੋਟਸ ਅੱਛੇ ਤਰੀਕੇ ਨਾਲ ਬਣਾਉਂਦੇ ਨੇ ਤਾਂ ਇਸ ਤਰੀਕੇ ਦੇ ਸਟੂਡੈਂਟਸ ਵੀ ਹੁੰਦੇ ਨੇ ਤਾਂ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਸਟੂਡੈਂਟਸ ਨੂੰ ਇੱਥੇ ਇਵੈਲਿਊਏਟ ਕੀਤਾ ਗਿਆ ਅਲੱਗ-ਅਲੱਗ ਕੀਤਾ ਗਿਆ ਠੀਕ ਹੈ ਇਸੇ ਤਰੀਕੇ ਨਾਲ ਇੱਕ ਕਾਈਨੈਸਥੈਟਿਕ ਲਰਨਰ ਨੂੰ ਆਪਣੇ ਲਈ ਕੰਮ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਇਨ੍ਹਾਂ ਸਿੱਖਿਆਰਥੀਆਂ ਨੂੰ ਉਹਨਾਂ ਦੇ ਹੱਥਾਂ ਲਈ ਆਈਟਮਾਂ ਨਾਲ ਵਧੇਰੇ ਅਕਸਰ ਜਾਣ ਤੇ ਭਿੱਜਣ ਦੀ ਜ਼ਰੂਰਤ ਹੁੰਦੀ ਹੈ ਨੈਕਸਟ ਇਹ ਸਿੱਖਣ ਦੀਆਂ ਸ਼ੈਲੀਆਂ ਲਈ ਦੋ ਸਭ ਤੋਂ ਪ੍ਰਮੁੱਖ ਪੈਡਾਗੋਜੀਕਲ ਪਹੁੰਚ ਹਨ ਤਿਆਨ ਤੋਂ ਕੀ ਸਿੱਖਣ ਲਈ ਸ਼ੈਲੀਆਂ ਬਾਰੇ ਕਈ ਵਿਚਾਰ ਇੱਕੋ ਜਿਹੇ ਹਨ ਹਾਲਾਂਕਿ ਇਹ ਦੋਵੇਂ ਸਿੱਖਣ ਲਈ ਸ਼ੈਲੀਆਂ ਲਈ ਸ਼ਾਨਦਾਰ ਵਿਚਾਰ ਹਨ ਪਰ ਹਾਵੀ ਨਾ ਹੋਵੇ ਇਨ੍ਹਾਂ ਸਿਧਾਂਤਾਂ ਦੇ ਪਿੱਛੇ ਪੂਰਾ ਵਿਚਾਰ ਇਹ ਹੈ ਕਿ ਕੋਈ ਵੀ ਦੋ ਵਿਦਿਆਰਥੀ ਬਿਲਕੁਲ ਉਸੇ ਤਰ੍ਹਾਂ ਨਹੀਂ ਸਿੱਖਦੇ ਬੇਸਿਕਲੀ ਕੀ ਚੀਜ਼ ਹੈ ਕਿ ਦੋ ਡਿਫਰੈਂਟ ਡਿਫਰੈਂਟ ਅਪਰੋਚੀਜ਼ ਦੋ ਪੈਡਾਗੋਜੀਕਲ ਅਪਰੋਚੀਜ਼ ਨੇ ਸਭ ਤੋਂ ਪਹਿਲੇ ਕੀ ਦੋਵੇਂ ਸਿੱਖਣ ਦੇ ਲਈ ਸ਼ੈਲੀਆਂ ਦੀ ਸ਼ਾਨਦਾਰ ਵਿੱਚ ਭਾਵੇਂ ਦੋਨੋਂ ਨੇ ਜਿਹੜੀ ਦੋਨੋਂ ਡਿਫਰੈਂਟ ਡਿਫਰੈਂਟ ਅਪਰੋਚਸ ਨੇ ਦੋਨੋਂ ਅੱਛੀਆਂ ਨੇ ਪਰ ਦੋ ਡਿਫਰੈਂਟ ਡਿਫਰੈਂਟ ਸਟੂਡੈਂਟਸ ਤੇ ਇਕੱਠੀਆਂ ਕੰਮ ਨਹੀਂ ਕਰ ਸਕਣਗੀਆਂ ਠੀਕ ਹੈ ਕਲਾਸਰੂਮ ਦੇ ਅੰਦਰ ਵੱਖ-ਵੱਖ ਸਿਖਲਾਈ ਦੀ ਸ਼ੈਲੀਆਂ ਨੂੰ ਸੰਬੋਧਿਤ ਕਰਨ ਦੇ ਲਈ ਪਾਠ ਨੂੰ ਅਨੁਕੂਲ ਕਰਨ ਅਤੇ ਸਮੱਗਰੀ ਨੂੰ ਸਿੱਖਣ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਸ਼ਾਮਿਲ ਕਰਨਾ ਅਧਿਆਪਕ ਦਾ ਕੰਮ ਹੈ। ਟੀਚਰ ਦਾ ਕੀ ਕੰਮ ਹੈ ਕਿ ਉਸ ਨੂੰ ਇਸ ਤਰੀਕੇ ਨਾਲ ਸਟੂਡੈਂਟਸ ਨੂੰ ਸਮਝਾਉਣਾ ਔਰ ਜਿਹੜੀ ਐਕਸਟਰਾ ਮਟੀਰੀਅਲ ਹੈ ਉਸ ਨੂੰ ਕਿਸ ਤਰੀਕੇ ਨਾਲ ਉਸ ਦੇ ਵਿੱਚ ਜੋੜਨਾ ਹੈ। ਠੀਕ ਹੈ? ਇਹ ਟੀਚਰ ਦਾ ਇੱਕ ਕੰਮ ਹੈ। ਠੀਕ ਹੈ? ਫਲੇਮਿੰਗ ਦੇ ਸਿਧਾਂਤ ਤੇ ਆਧਾਰਿਤ ਇੱਕ ਪ੍ਰਸ਼ਨ ਪੱਤਰ ਹੈ ਜਿਸ ਦੀ ਵਰਤੋਂ ਵਿਦਿਆਰਥੀ ਆਪਣੀ ਸਿੱਖਲਾਈ ਦੀ ਸ਼ੈਲੀ ਦਾ ਪਤਾ ਲਗਾਉਣ ਲਈ ਕਰ ਸਕਦੇ ਹਨ। ਇਹ ਵਿਦਿਆਰਥੀ ਦੇ ਨਾਲ ਅਧਿਆਪਕਾਂ ਲਈ ਲਾਭਕਾਰੀ ਹੈ ਤਾਂ ਜੋ ਉਹ ਸਬਕ ਅਤੇ ਮੁਲਾਂਕਣ ਦੀ ਤਿਆਰੀ ਕਰ ਸਕਣ। ਨੈਕਸਟ ਪੈਡਾਗੋਜੀ ਦੁਆਰਾ ਅਧਿਆਪਨ ਲਈ ਪਹੁੰਚ ਅਧਿਆਪਨ ਦੇ ਪੰਜ ਵੱਖੋ-ਵੱਖਰੇ ਪੈਡਾਗੋਜੀਕਲ ਪਹੁੰਚ ਹਨ ਹਰ ਇੱਕ ਥੋੜਾ ਵੱਖਰਾ ਹੁੰਦਾ ਹੈ ਅਤੇ ਹਰੇਕ ਅਧਿਆਇ ਨੂੰ ਇਹ ਫੈਸਲਾ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਉਹਨਾਂ ਲਈ ਕਿਹੜੀ ਪਹੁੰਚ ਵਧੀਆ ਕੰਮ ਕਰਦੀ ਹੈ ਠੀਕ ਹੈ ਫੋਰ ਐਗਜ਼ਾਮਪਲ ਉਸਤਾਰੂਵਾਦੀ ਸਿੱਖਣ ਵਾਲੇ ਸਿੱਖਣ ਦੀ ਪ੍ਰਕਿਰਿਆ ਵਿੱਚ ਸਮਗਰਮੀ ਨਾਲ ਸ਼ਾਮਿਲ ਹੁੰਦੇ ਹਨ ਉਹ ਸਿੱਖਣ ਲਈ ਸਮਗਰੀ ਦਾ ਅਰਥ ਅਤੇ ਗਿਆਨ ਪੈਦਾ ਕਰਦੇ ਹਨ ਸਿੱਖਣ ਵਾਲੇ ਸਿਰਫ ਸਮਗਰੀ ਨੂੰ ਆਸਾਨੀ ਨਾਲ ਨਹੀਂ ਲਗਾਉਂਦੇ ਸਿੰਪਲ ਕੀ ਚੀਜ਼ ਹੈ ਕਿ ਉਸਾਰੂਵਾਦੂ ਉਸਾਰੀ ਉਸਾਰੂਵਾਦੀ ਜਿਹੜੀ ਟੈਕਨੀਕ ਹੈ ਇਸ ਦੇ ਵਿੱਚ ਸਿੱਖਣ ਦੇ ਲਈ ਜਿਹੜੀ ਪ੍ਰਕਿਰਿਆ ਜਿਹੜੀ ਸਮਗਰੀ ਕਹਾਂਗੇ ਜਿਹੜੇ ਡਿਫਰੈਂਟ ਡਿਫਰੈਂਟ ਮਟੀਰੀਅਲਸ ਯੂਜ਼ ਕੀਤੇ ਜਾਂਦੇ ਹਨ ਉਹਨਾਂ ਦੇ ਬਾਰੇ ਪਹਿਲੇ ਪੂਰੀ ਡਿਟੇਲ ਹੁੰਦੀ ਹੈ ਕਿ ਇਹ ਕਿਉਂ ਕ ਆਪਣੇ ਕੰਮ ਆਣਗੇ ਕਿੱਥੇ ਇਸ ਨੂੰ ਯੂਜ਼ ਕਰਨਾ ਹੈ ਤੇ ਕਿੱਥੇ ਨਹੀਂ ਕਰਨਾ ਇਸ ਤਰੀਕੇ ਦੀ ਜਿਹੜੀ ਇਨੀਸ਼ੀਏਟਿਵ ਹੋਏਗੀ ਉਹ ਉਸਾਰੂਵਾਦੀ ਟੈਕਨੀਕ ਦੇ ਵਿੱਚ ਸਹਿਯੋਗੀ ਕਈ ਸਿੱਖਿਆਕ ਸਮਗਰੀ ਸਿੱਖਣ ਲਈ ਮਿਲ ਕੇ ਕੰਮ ਕਰਦੇ ਹਨ ਛੋਟੇ ਸਮੂਹ ਨਿਰਦੇਸ਼ ਇਸ ਧਾਰਨਾ ਵਿੱਚ ਆਧਾਰਿਤ ਹਨ ਜਿਵੇਂ ਵੱਖ-ਵੱਖ ਵਿਦਿਆਰਥੀ ਨੂੰ ਦੂਜੇ ਨੂੰ ਸਿੱਖਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਸਹਾਇਤਾ ਕਰਦੇ ਫੋਰ ਐਗਜ਼ਾਮਪਲ ਇੱਕ ਸਮਾਲ ਗਰੁੱਪਸ ਦੇ ਵਿੱਚ ਡਿਵਾਈਡ ਕਰ ਦੇਣਾ ਪੂਰੀ ਕਲਾਸ ਨੂੰ ਠੀਕ ਹੈ ਕਿ ਚਾਰ-ਚਾਰ ਬੱਚਾ ਨੇ ਇੱਕ ਗਰੁੱਪ ਬਣਾ ਲਿਆ ਔਰ ਉਸੇ ਉੱਥੇ ਕੀ ਹੋਏਗਾ ਕਿ ਕੁਝ ਸਟੂਡੈਂਟਸ ਅੱਛੇ ਹੋਣਗੇ ਉਸ ਗਰੁੱਪ ਦੇ ਵਿੱਚ ਕੁਝ ਵੀਕ ਹੋਣਗੇ ਠੀਕ ਹੈ ਤੇ ਜਿਹੜੇ ਵੀਕ ਨੇ ਉਹਨਾਂ ਦੀ ਹੈਲਪ ਇਕਤੀ ਯਾਨੀ ਸਹਿਯੋਗੀਵਾਦ ਦੀ ਅਪਰੋਚ ਦਾ 파ਟ ਪੁੱਛਗਿਛ ਆਧਾਰਿਤ ਇਹ ਵਿਦਿਅਕ ਪਹੁੰਚ ਸਮੱਸਿਆ ਆਧਾਰਿਤ ਹੈ ਵਿਦਿਆਰਥੀਆਂ ਨੂੰ ਅਸਲ ਦੁਨੀਆ ਵਿੱਚ ਸਮੱਸਿਆਵਾਂ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਹੱਲ ਕਰਨ ਦਾ ਮੌਕਾ ਮਿਲਦਾ ਹੈ ਠੀਕ ਹੈ ਪ੍ਰੋਜੈਕਟ ਆਧਾਰਿਤ ਸਿੱਖਲਾਈ ਇਸ ਸ਼੍ਰੇਣੀ ਨੂੰ ਫਿੱਟ ਹੈ ਫੋਰ ਐਗਜ਼ਾਮਪਲ ਕਿ ਸਟੂਡੈਂਟਸ ਨੂੰ ਇੱਕ ਪੁੱਛਗਿਛ ਆਧਾਰਿਤ ਯਾਨੀ ਕਿ ਇੱਕ ਅਪਰੋਚ ਦੇ ਦਿੱਤੀ ਗਈ ਇੱਕ ਪ੍ਰੋਬਲਮ ਦੇ ਦਿੱਤੀਗੀ ਠੀਕ ਹੈ ਕਿ ਇਸ ਤਰੀਕੇ ਦੀ ਪ੍ਰੋਬਲਮ ਹੈ ਫੋਰ ਐਗਜ਼ਾਮਪਲ ਛੋਟੀ ਕਲਾਸਿਸ ਦੇ ਵੀ ਤੂੰ ਦੇਖਿਆ ਹੋਵੇਗਾ ਕਿ ਗਲੋਬਲ ਵਾਰਮਿੰਗ ਦੇ ਲਈ ਗਰੁੱਪਸ ਵਗੈਰਾ ਬਣਾ ਦਿੱਤੇ ਜਾਂਦੇ ਸੀ ਠੀਕ ਹੈ ਸਕੂਲਸ ਦੇ ਵਿੱਚ ਕਿ ਗਲੋਬਲ ਵਾਰਮਿੰਗ ਹੈ ਅਗਰ ਗਲੋਬਲ ਵਾਰਮਿੰਗ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ ਤਾਂ ਇਸ ਨੂੰ ਰੋਕਣ ਦੇ ਲਈ ਅਗਰ ਤੁਹਾਡਾ ਪ੍ਰੋਜੈਕਟ ਹੈ ਤੁਸੀਂ ਕਿਸ ਤਰੀਕੇ ਨਾਲ ਇਸ ਨੂੰ ਰੋਕੋਗੇ ਕਿਸ ਥੋੜੀ ਸੋਚ ਹੋਏਗੀ ਪ੍ਰੋਪਰ ਦਿਮਾਗ ਇੱਕ ਚਾਰ ਬੱਚੇ ਦੇ ਗਰੁੱਪ ਨੇ ਲਗਾਣਾ ਪੁਛ ਗਿ ਅਧਾਰਿਤ ਕ ਆਪਣਾ ਪ੍ਰੋਜੈਕਟ ਹੋਏਗਾ ਠੀਕ ਹੈ ਜਿਸ ਦੇ ਵਿੱਚ ਲਿਖਿਆ ਵੀ ਹੋਇਆ ਕਿ ਪ੍ਰੋਜੈਕਟ ਆਧਾਰਿਤ ਸਿੱਖਲਾਈ ਇਸ ਸ਼੍ਰੇਣੀ ਦੇ ਲਈ ਫਿੱਟ ਹੈ ਕਿ ਪ੍ਰੋਜੈਕਟ ਦੇ ਦਿੱਤਾ ਕਿ ਗਲੋਬਲ ਵਾਰਮਿੰਗ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿਸ ਤਰੀਕੇ ਨਾਲ ਇਹ ਫੈਲਦੀ ਹੈ ਕਿਸ ਤਰੀਕੇ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਦੇ ਲਈ ਇੱਕ ਪ੍ਰੋਪਰ ਪ੍ਰੋਜੈਕਟ ਤਪੂਛ ਗੀਚ ਆਧਾਰਿਤ ਨੈਕਸਟ ਏਕੀਕ੍ਰਿਤ ਏਕੀਕ੍ਰਿਤ ਪਹੁੰਚ ਲਈ ਕਈ ਅਕਾਦਮਿਕ ਅਨੁਸ਼ਾਸਨ ਸ਼ਾਮਿਲ ਹੁੰਦੇ ਹਨ ਆਮ ਪਾਸ਼ਾ ਦੀ ਵਰਤੋਂ ਕ੍ਰਾਸ ਪਾਠਕ੍ਰਮ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਜਾਣ ਸਕਣ ਕਿ ਅਧਿਆਪਕ ਕਿਸ ਬਾਰੇ ਗੱਲ ਕਰ ਰਹੇ ਹਨ ਅਤੇ ਉਮੀਦਾਂ ਵੀ ਇਹ ਹੁਨਰ ਨੂੰ ਪੜ੍ਹਾਉਣ ਅਤੇ ਲਿਖਣ ਲਈ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਆਮ ਭਾਸ਼ਾ ਦੇ ਆਧਾਰ ਤੇ ਵਿਦਿਆਰਥੀ ਗੈਰ ਅੰਗਰੇਜ਼ੀ ਕਲਾਸਾਂ ਵਿੱਚ ਵਧੇਰੇ ਮੁਹਾਰਤ ਨਾਲ ਲਿਖ ਸਕਦੇ ਹਨ ਇਹ ਵਿਦਿਆਰਥੀਆਂ ਨੂੰ ਇਹ ਵੀ ਦਰਸਾਉਂਦਾ ਹੈ ਕਿ ਇੱਕ ਕਲਾਸ ਵਿੱਚ ਸਿੱਖੀ ਗਈ ਸਮਗਰੀ ਉਨ੍ਹਾਂ ਕਲਾਸਰੂਮ ਦੀਆਂ ਕੰਧਾਂ ਦੇ ਬਾਹਰ ਲਾਭਕਾਰੀ ਬੇਸਿਕਲੀ ਕਿ ਇੱਕ ਹੀ ਜਿਹੜੀ ਅਪਰੋਚ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਦੇ ਵਿੱਚ ਲੋਕਾਂ ਨੂੰ ਡਿਫਰੈਂਟ ਡਿਫਰੈਂਟ ਕਹਾਂਗੇ ਕਿ ਪਾਠਕਰਮ ਹੈ ਜਿਹੜੇ ਆਪਣਾ ਇਸ ਨੂੰ ਕੀ ਕਹਾਂਗੇ ਕਿ ਅਗਰ ਆਪਾਂ ਡਿਟੇਲ ਦੇ ਵਿੱਚ ਸਮਝਾਣਾ ਵਿਦ ਐਗਜ਼ਾਮਪਲ ਮੇਰੇ ਮਾਈਂਡਸ ਐਗਜ਼ਾਮਪਲ ਅਗਰ ਆਪਾਂ ਗੱਲ ਕਰਦੇ ਹਾਂ ਅਧਿਆਪਕ ਕਿਸ ਬਾਰੇ ਗੱਲ ਕਰ ਰਹੇ ਹਨ ਫੋਰ ਐਗਜ਼ਾਮਪਲ ਕਿ ਅਗਰ ਆਪਾਂ ਕਿਸੇ ਇੱਕ ਟੌਪਿਕ ਬਾਰੇ ਗੱਲ ਕਰ ਰਹੇ ਹਾਂ ਠੀਕ ਹੈ ਹੁਣ ਆਪਾਂ ਗਲੋਬਲ ਵਾਰਮਿੰਗ ਦੀ ਗੱਲ ਕਰ ਰਹੇ ਸੀ ਤਾਂ ਗਲੋਬਲ ਵਾਰਮਿੰਗ ਸਿਰਫ ਕਲਾਸ ਦੇ ਵਿੱਚ ਹੀ ਨਹੀਂ ਕਲਾਸ ਤੋਂ ਬਾਹਰ ਵੀ ਕਿਸ ਤਰੀਕੇ ਨਾਲ ਆਪਣੇ ਲਈ ਹੈਲਪਫੁਲ ਹੈ ਠੀਕ ਹੈ ਅਗਰ ਆਪਾਂ এনवायरमेंट ਦੇ ਲਈ ਕੁਝ ਅੱਛਾ ਕਰ ਰਹੇ ਆ ਤਾਂ ਉਹ ਜਿਹੜਾ ਹੁਨਰ ਹੈ ਉਹ ਆਪਣੀ ਜਿਹੜੀ ਆਪਾਂ ਸਿੱਖੀ ਹੋਈ ਚੀਜ਼ ਹੈ ਉਹ ਕਲਾਸ ਦੇ ਬਾਹਰ ਵੀ ਕਿਸ ਤਰੀਕੇ ਨਾਲ ਆਪਣੇ ਲਈ ਹੈਲਪਫੁਲ ਹੈ ਇਸ ਤੋਂ ਇਲਾਵਾ ਅਗਰ ਡਿਫਰੈਂਟ ਡਿਫਰੈਂਟ ਇੰਸਟੀਚੂਨਸ ਦੇ ਜਵਾਬ ਇਕੱਠੇ ਹੁੰਦੇ ਨੇ ਫਾਰ ਇਗਜ਼ਾਮਪਲ ਡਿਬੇਟ ਹੈ ਅਗਰ ਇੱਕ ਪ੍ਰੋਪਰ ਡਿਬੇਟ ਚੱਲ ਰਹੀ ਹੈ ਤਾਂ ਡਿਬੇਟ ਦੇ ਵਿੱਚ ਆਪਾਂ ਨੇ ਕੀ ਸਿੱਖਿਆ ਉਹ ਵੀ ਆਪਣੇ ਲਈ ਮਹੱਤਵਪੂਰਨ ਹੁੰਦਾ ਹੈ ਇਸ ਚੀਜ਼ ਦੇ ਵਿੱਚ ਨੈਕਸਟ ਹੈ ਰਿਫਲੈਕਟਿਵ ਇਹ ਪਹੁੰਚ ਵਿਦਿਆਰਥੀ ਨਾਲੋਂ ਅਧਿਆਪਕ ਲਈ ਵਧੇਰੇ ਹੈ ਅਧਿਆਪਕ ਸਬਕ ਪ੍ਰੋਜੈਕਟਾਂ ਅਤੇ ਮੁਲਾਂਕਣ ਨੂੰ ਦਰਸਾਉਂਦਾ ਹੈ ਅਤੇ ਇਹ ਵੇਖਣ ਲਈ ਕਿ ਭਵਿੱਖ ਵਿੱਚ ਉਹਨਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਠੀਕ ਹੈ ਇਸ ਵਾਰ ਫਿਰ ਇਨਾ ਵਿਦਿਆਰਥੀ ਪਹੁੰਚਾਂ ਦੇ ਸੁਮੇਲ ਨੂੰ ਲਾਗੂ ਕਰਨ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਦੋਵਾਂ ਨੂੰ ਲਾਭ ਹੁੰਦਾ ਹੈ ਠੀਕ ਹੈ ਬੇਸਿਕਲੀ ਜਿਹੜੀ ਰਿਫਲੈਕਟਿਵ ਅਪਰੋਚ ਹੈ ਉਸ ਦੇ ਵਿੱਚ ਜਿਹੜੇ ਪ੍ਰੋਜੈਕਟਸ ਵਗੈਰਾ ਲਿਆਏ ਜਾਂਦੇ ਨੇ ਠੀਕ ਹੈ ਬੱਚਿਆਂ ਦੁਆਰਾ ਬਣਾਏ ਜਾਂਦੇ ਨੇ ਜਾਂ ਟੀਚਰ ਜਿਹੜਾ ਕੁਝ ਸਟੱਡੀ ਕਰ ਰਹਾ ਹੈ ਉਹ ਟੀਚਰ ਦੇ ਲਈ ਵੀ ਕੀ ਮਹੱਤਵਪੂਰਨ ਹੈ ਫੋਰ ਐਗਜ਼ਾਮਪਲ ਅਗਰ ਕਿਸੇ ਬੱਚੇ ਨੇ ਕੁਝ ਇਸ ਤਰੀਕੇ ਦੀ ਗਲੋਬਲ ਵਾਰਮਿੰਗ ਆਪਾਂ ਟਾਪਿਕ ਡਿਸਕਸ ਕਰ ਰਹੇ ਹਾਂ ਤਾਂ ਗਲੋਬਲ ਵਾਰਮਿੰਗ ਦੇ ਵਿੱਚ ਅਗਰ ਕਿਸੇ ਬੱਚੇ ਨੇ ਕੁਝ ਐਸਾ ਪ੍ਰੋਜੈਕਟ ਬਣਾਇਆ ਜੋ ਕਿ ਕਾਫੀ ਅੱਛੀ ਸੋਚ ਹੈ ਉਸ ਬੱਚੇ ਦੀ ਔਰ ਉਸ ਬੱਚੇ ਦੁਆਰਾ ਕਿਸ ਤਰੀਕੇ ਨਾਲ ਟੀਚਰ ਤੇ ਵੀ ਇੰਪੈਕਟ ਪੈਂਦਾ ਹੈ ਕਿ ਇਸ ਤਰੀਕੇ ਦੀ ਅਪਰੋਚ ਅਗਰ ਅਸਲ ਦੇ ਵਿੱਚ ਵੀ ਯੂਜ਼ ਕੀਤੀ ਜਾਵੇ ਤਾਂ ਅੱਛੇ এনवायरमेंट ਦੇ ਲਈ ਅੱਛਾ ਹੋਏਗਾ ਠੀਕ ਹੈ ਇਸ ਤਰੀਕੇ ਨਾਲ ਰਿਫਲੈਕਟਿਵ ਅਪਰੋਚ ਵੀ ਇੰਪਲੀਮੈਂਟ ਕੀਤੀ ਜਾ ਸਕਦੀ ਹੈ ਠੀਕ ਹੈ ਤਾਂ ਕਰ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਦੋਨਾਂ ਦੇ ਲਈ ਹੈਲਪਫੁਲ ਹੈ ਅਧਿਆਪਕ ਅਤੇ ਟੀਚ ਬੱਚਿਆਂ ਦੇ ਲਈ ਨੈਕਸਟ ਸਭ ਤੋਂ ਸ਼ਕਤੀਸ਼ਾਲੀ ਵਿਦਿਅਕ ਉਦਾਹਰਨਾਂ ਵਿੱਚੋਂ ਇੱਕ ਇਹ ਹੈ ਕਿ ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਕੰਮ ਅਤੇ ਸिखਲਾਈ ਪੈਦਾ ਕਰਦੇ ਹਨ ਅਧਿਆਪਕ ਇੱਕ ਸਲਾਹਕਾਰ ਜਾਂ ਕੋਚ ਬਣ ਸਕਦਾ ਹੈ ਜੋ ਵਿਦਿਆਰਥੀਆਂ ਨੂੰ ਸिखਲਾਈ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਹਾਇਤਾ ਕਰਦਾ ਹੈ ਅਧਿਆਪਕ ਐਜ਼ ਅ ਕੋਚ ਐਜ਼ ਅ ਅਦੇ ਆਪਕ ਕੋਚ ਜਾਂ ਇੱਕ ਇੱਕੋ ਗੱਲ ਹੈ ਠੀਕ ਹੈ ਉਹ ਕੀ ਕਰਦਾ ਸਿਰਫ ਉਸ ਨੂੰ ਗਾਈਡਲਾਈਨਸ ਗਾਈ ਅਗਰ ਕਿਸੇ ਪ੍ਰੋਬਲਮ ਹੈ ਤਾਂ ਉਸ ਨੂੰ ਸਮਝਾਂਦਾ ਇਸ ਤੋਂ ਇਲਾਵਾ ਉਸ ਨੂੰ ਗਾਈਡਲਾਈਨਸ ਦਿੰਦਾ ਠੀਕ ਹੈ ਕਿ ਤਨੇ ਇਸ ਤਰੀਕੇ ਨਾਲ ਸਟੱਡੀ ਕਰਨੀ ਹੈ ਇਹ ਤਰੀਕੀ ਚੀਜ਼ ਹੈ ਤਾਂ ਔਰ ਬੱਚਾ ਉਸ ਨੂੰ ਸਿੱਖੇਗਾ ਠੀਕ ਹੈ ਇਹ ਜਿਹੜੀ ਅਪਰੋਚ ਹੈ ਵਿਦਿਆਰਥੀ ਵੀ ਮਿਲ ਕੇ ਕੰਮ ਕਰਦੇ ਹਨ ਅਤੇ ਸਿੱਖਣ ਦੇ ਕੰਮਾਂ ਦਾ ਇਹ ਸਮੂਹ ਪੂਰੀ ਪੂਰਾ ਕਰਨ ਦੇ ਲਈ ਇੱਕ ਦੂਜੇ ਦੇ ਹੁਨਰ ਅਤੇ ਮਹਾਰਤ ਦੀ ਵਰਤੋਂ ਕਰਦੇ ਹਨ ਠੀਕ ਹੈ ਅਗਰ ਇੱਕ ਗਰੁੱਪ ਹੈ ਇੱਕ ਮੈਥਸ ਦੇ ਵਿੱਚ ਅੱਛਾ ਇੱਕ ਸਾਇੰਸ ਦੇ ਵਿੱਚ ਅੱਛਾ ਠੀਕ ਹੈ ਤਾਂ ਕਿ ਪ੍ਰੋਜੈਕਟ ਕਿਸ ਤਰੀਕੇ ਨਾਲ ਡਿਵੈਲਪ ਕਰਨਗੇ ਜਿੱਥੇ ਉਹ ਮੈਥਮੈਟਿਕਸ ਔਰ ਸਾਇੰਸ ਦੋਨਾਂ ਨੂੰ ਯੂਜ਼ ਕਰ ਸਕਦੇ ਹਨ ਠੀਕ ਹੈ ਸਿਮਿਲਰਲੀ ਹਿਸਟਰੀ ਦੇ ਵਿੱਚ ਅੱਛਾ ਹੈ ਜਾਂ ਇਕਨੋਮਿਕਸ ਦੇ ਵਿੱਚ ਅੱਛਾ ਹੈ ਤਾਂ ਉਹ ਕਿਸ ਤਰੀਕੇ ਨਾਲ ਜੁੜ ਕੇ ਆਪਣੇ ਪ੍ਰੋਜੈਕਟ ਦੇ ਵਿੱਚ ਦੋਨੋਂ ਚੀਜ਼ਾਂ ਨੂੰ ਯੂਜ਼ ਕਰ ਸਕਣਗੇ ਇੱਕ ਇਕਾਈ ਦੇ ਦੌਰਾਨ ਪ੍ਰੋਜੈਕਟਾਂ ਦੇ ਰੂਪ ਵਿੱਚ ਹੋ ਸਕਦਾ ਹੈ ਜਾਂ ਕੁਝ ਸੋਚ ਜੋੜਾ ਸ਼ੇਅਰ ਜਿੰਨਾ ਛੋਟਾ ਹੈ ਠੀਕ ਹੈ ਜਿਹੜੀ ਆਪਾਂ ਗੱਲ ਕੀਤੀ ਕਿ ਹਰ ਇੱਕ ਦਾ ਕੁਛ ਨਾ ਕੁਛ ਕੰਟਰੀਬਿਊਸ਼ਨ ਹੋਏਗਾ ਸ਼ੇਅਰ ਹੋਏਗਾ ਕਿ ਕਿਸ ਤਰੀਕੇ ਨਾਲ ਉਸਨੇ ਆਪਣੇ ਟੈਲੈਂਟ ਨੂੰ ਉਸ ਦੇ ਵਿੱਚ ਯੂਜ਼ ਕੀਤਾ ਪੈਡਾਗੋਜੀ ਦੀ ਇੱਕ ਹੋਰ ਪ੍ਰਭਾਵਸ਼ਾਲੀ ਉਦਾਹਰਣ ਹੈ ਸਹਿਯੋਗ ਅਧਿਆਪਕ ਦੀ ਅਗਵਾਈ ਵਾਲੇ ਮਿਨੀ ਪਾਰਟ ਤੋਂ ਬਾਅਦ ਇੱਕ ਚੰਗਾ ਵਿਚਾਰ ਹੈ ਕਿ ਵਿਦਿਆਰਥੀਆਂ ਨੂੰ ਆਪਣੇ ਦੋਸਤ ਨਾਲ ਨਵੇਂ ਹੁਨਰ ਦੀ ਕੋਸ਼ਿਸ਼ ਕਰਨ ਦਿਓ ਉਹ ਅਜਿਹੀ ਸਥਿਤੀ ਵਿੱਚ ਥੋੜੇ ਵਧੇਰੇ ਆਰਾਮਦਾਇਕ ਹੁੰਦੇ ਹਨ ਜਿੱਥੇ ਉਹ ਆਪਣੇ ਦੋਸਤ ਅਤੇ ਅਧਿਆਪਕ ਨੂੰ ਆਪਣੇ ਦੁਆਰਾ ਨਵੇਂ ਹੁਨਰ ਦੀ ਕੋਸ਼ਿਸ਼ ਕਰਨ ਵਿੱਚ ਡੁੱਬਣ ਨਾਲੋਂ ਇੱਕ ਪ੍ਰਸ਼ਨ ਪੁੱਛ ਸਕਦੇ ਹਨ ਇਹ ਉਹਨਾਂ ਦੇ ਨਾਲ ਇੱਕ ਦੋਸਤ ਨਾਲ ਘੱਟ ਮੁਸ਼ਕਿਲ ਹੈ ਵਿਦਿਆਰਥੀ ਆਪਣੇ ਘਰ ਦਾ ਕੰਮ ਆਪਣੇ ਆਪ ਪੂਰਾ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲੇ ਕਿਸੇ ਸਾਥੀ ਨਾਲ ਅਭਿਆਸ ਕਰ ਸਕਦੇ ਹਨ ਠੀਕ ਹੈ ਇਸ ਦੇ ਵਿੱਚ ਕੀ ਹੈ ਹੋਰ ਉਦਾਹਰਣ ਅਗਰ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਤਾਂ ਕੀ ਹੈ ਕਿ ਅਗਰ ਇੱਕ ਬੱਚਾ ਠੀਕ ਹੈ ਆਪਣੇ ਟੀਚਰ ਨਾਲੋਂ ਥੋੜਾ ਜ਼ਿਆਦਾ ਸੰਘਦਾ ਹੁੰਦਾ ਠੀਕ ਹੈ ਜਾਂ ਉਸ ਤੋਂ ਡਰਦਾ ਹੁੰਦਾ ਹੈ ਇਹ ਕਹਿ ਸਕਦੇ ਆ ਜਾਂ ਇਹ ਸੋਚਦਾ ਕਿ ਟੀਚਰ ਸੋਚੇਗਾ ਕਿ ਇਹਨੇ ਸੌਖੇ ਕੁਐਸਚਨ ਦੇ ਲਈ ਮਤਲਬ ਇਹ ਹੈ ਠੀਕ ਹੈ ਕਈ ਵਾਰ ਬੱਚੇ ਦੇ ਮਾਇਨ ਦੇ ਵਿੱਚ ਹੁੰਦਾ ਪਰ ਇੱਥੇ ਹੀ ਉਹ ਆਪਣੇ ਜਿਹੜਾ ਨਾਲ ਦਾ ਸਹਿਪਾਠੀ ਹੁੰਦਾ ਉਸ ਦਾ ਦੋਸਤ ਹੁੰਦਾ ਹੈ ਉਸ ਦੇ ਨਾਲ ਉਹ ਈਜ਼ੀਲੀ ਉਹ ਕੁਐਸਚਨ ਪੁੱਛ ਸਕਦਾ ਹੈ ਠੀਕ ਹੈ ਤਾਂ ਇੱਥੇ ਇਸ ਅਪਰੋਚ ਨੂੰ ਵੀ ਯੂਜ਼ ਕਰਨਾ ਚਾਹੀਦਾ ਫੋਰ ਐਗਜ਼ਾਮਪਲ ਅਗਰ ਆਪਾਂ ਹੋਮਵਰਕ ਕਹਿੰਨੇ ਆ ਕਿ ਹੋਮਵਰਕ ਇੱਕ ਬੱਚਾ ਇਕੱਲਾ ਕਰਨ ਨਾਲੋਂ ਦੋ ਜਣੇ ਮਿਲ ਕੇ اپنی ਦੋਨਾਂ ਦੀ ਸੋਚ ਨੂੰ ਸ਼ੇਅਰ ਕਰਕੇ ਔਰ ਉਸ ਤੋਂ ਇਲਾਵਾ ਕਹਿ ਸਕਦੇ ਆ ਕਿ ਦੋਨਾਂ ਦੀ ਟੈਲੈਂਟਸ ਨੂੰ ਇਕੱਠਾ ਕਰਕੇ ਵੀ ਯੂਜ਼ ਕੀਤਾ ਜਾ ਸਕਦਾ ਹੈ ਚੰਗੀ ਪੈਡਾਗੋਗੀ ਦੀ ਇੱਕ ਅੰਤਿਮ ਉਦਾਹਰਣ ਕਲਾਸਰੂਮ ਦੇ ਅੰਦਰ ਅਸਲ ਸੰਸਾਰ ਦੀਆਂ ਉਦਾਹਰਣਾਂ ਦੀ ਵਰਤੋਂ ਕਰਨਾ ਹੈ ਠੀਕ ਹੈ ਫੋਰ ਐਗਜ਼ਾਮਪਲ ਕਿ ਅਸਲ ਜ਼ਿੰਦਗੀ ਦੇ ਵਿੱਚ ਅਸਲ ਉਦਾਹਰਣਾਂ ਦੇਣੀਆਂ ਚਾਹੀਦੀਆਂ ਨੇ ਜਿਹੜੀ オリジナル ਐਗਜ਼ਾਮਪਲਸ ਹੁੰਦੀਆਂ ਨੇ ਠੀਕ ਹੈ ਜਿਹੜੀ ਆਪਣੇ ਚਾਰੇ ਤਰਫ ਕਹਿ ਸਕਦਾ ਐਨਵਾਇਰਨਮੈਂਟਲ ਐਗਜ਼ਾਮਪਲਸ ਦੇ ਨੇ ਜ਼ਰੂਰੀ ਹੁੰਦੀਆਂ ਨੇ ਜਿਹੜੀ ਆਪਣੇ ਚਾਰੇ ਤਰਫ ਵਾਪਰਦੀਆਂ ਹੁੰਦੀਆਂ ਨੇ ਠੀਕ ਹੈ ਬਹੁਤ ਵਾਰ ਵਿਦਿਆਰਥੀ ਇਹ ਪ੍ਰਸ਼ਨ ਪੁੱਛਦੇ ਹਨ ਕਿ ਅਸੀਂ ਇਹ ਕਿਉਂ ਨਹੀਂ ਕਿਉਂ ਸਿੱਖ ਰਹੇ ਹਾਂ ਜਾਂ ਜਦੋਂ ਅਸੀਂ ਇਸ ਨੂੰ ਕਲਾਸਰੂਮ ਦੇ ਬਾਹਰ ਇਸਤੇਮਾਲ ਕਰਨ ਜਾ ਰਹੇ ਹਾਂ ਪਾਠ ਦੇ ਹਿੱਸੇ ਵਜੋਂ ਅਸਲ ਸੰਸਾਰ ਦੇ ਦ੍ਰਿਸ਼ਾਂ ਅਤੇ ਸਮੱਸਿਆਵਾਂ ਹੱਲ ਕਰਨ ਦੇ ਲਈ ਵਿਦਿਆਰਥੀਆਂ ਲਈ ਵਧੇਰੇ ਹੁਨਰ ਨੂੰ ਦਰਸਾਉਂਦੀ ਹੈ ਜਦੋਂ ਉਹ ਦੇਖ ਸਕਦੇ ਹਨ ਕਿ ਕਲਾਸਰੂਮ ਛੱਡਣ ਤੋਂ ਬਾਅਦ ਉਹਨਾਂ ਨੂੰ ਇਸ ਦਾ ਕਿਵੇਂ ਲਾਭ ਹੋਏਗਾ ਠੀਕ ਹੈ ਫੋਰ ਐਗਜ਼ਾਮਪਲ ਜੇਕਰ ਕੋਈ ਵੀ ਚੀਜ਼ ਆਪਾਂ ਸਟੱਡੀ ਕਰ ਰਹੇ ਹਾਂ ਠੀਕ ਹੈ ਤਾਂ ਉਸ ਦਾ ਆਪਾਂ ਨੂੰ ਬੈਨੀਫਿਟ ਕੀ ਹੈ ਜੇਕਰ ਬੱਚੇ ਨੂੰ ਇਹੇ ਚੀਜ਼ ਪਤਾ ਹੋਏਗੀ ਤਾਂ ਉਹ ਉਸ ਨੂੰ ਅੱਛੇ ਇੰਟਰਸਟ ਦੇ ਨਾਲ ਸਿੱਖੇਗਾ ਠੀਕ ਹੈ ਫੋਰ ਐਗਜ਼ਾਮਪਲ ਜੇਕਰ ਆਪਾਂ ਸਾਇੰਸ ਦੇ ਵਿੱਚ ਕੋਈ ਐਕਸਪੈਰੀਮੈਂਟ ਕਰ ਰਹੇ ਹਾਂ ਐਕਸਪੈਰੀਮੈਂਟ ਸਟੱਡੀ ਕਰ ਰਹੇ ਹਾਂ ਤਾਂ ਉਸ ਨੂੰ ਬੱਚੇ ਦੇ ਲਈ ਉਸ ਨੂੰ ਦੱਸਿਆ ਜਾਵੇ ਕਿ ਉਹ ਬਾਹਰ ਇਸ ਦੇ ਵਿੱਚ ਕਿਵੇਂ ਹੈਲਪਫੁਲ ਰਹੇਗੀ ਉਸ ਨੂੰ ਇਹ ਚੀਜ਼ ਠੀਕ ਹੈ ਕਿਸੇ ਵੀ ਤਰੀਕੇ ਦਾ ਐਕਸਪੈਰੀਮੈਂਟ ਅਗਰ ਉਹ ਉਸ ਬੱਚੇ ਨੂੰ ਸਿਖਾਇਆ ਜਾ ਰਿਹਾ ਤਾਂ ਉਸ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹੋ ਕਿਸ ਤਰੀਕੇ ਨਾਲ ਉਸ ਦੀ ਬਾਹਰਲੀ ਜ਼ਿੰਦਗੀ ਦੇ ਵਿੱਚ ਵੀ ਹੈਲਪ ਕਰੇਗੀ ਠੀਕ ਹੈ ਜਾਂ ਪ੍ਰੋਫਿਟ ਐਂਡ ਲੋ ਮੈਥਮੈਟਿਕਸ ਦੀ ਅਗਰ ਆਪਾਂ ਗੱਲ ਕਰ ਲੈਨੇ ਆ ਪ੍ਰੋਫਿਟ ਐਂਡ ਲਾਸ ਹੋ ਗਿਆ ਸਿੰਪਲ ਇੰਟਰਸਟ ਹੋ ਗਿਆ ਤਾਂ ਇਸ ਤਰੀਕੇ ਦੇ ਚੈਪਟਰ ਜਦੋਂ ਬੱਚਾ ਸਟੱਡੀ ਕਰ ਰਿਹਾ ਤਾਂ ਉਸ ਨੂੰ ਦੱਸਿਆ ਜਾਵੇ ਕਿ ਇਹ ਚੀਜ਼ਾਂ ਉਸ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿੱਥੇ-ਕਿੱਥੇ ਕੰਮ ਆਣਗੀਆਂ ਠੀਕ ਹੈ ਅਗਰ ਉਹ ਬਿਜ਼ਨਸਮੈਨ ਬਣੇਗਾ ਜਾਂ ਉਸ ਨੇ ਕਿਸੇ ਵੀ ਤਰੀਕੇ ਦੀ ਲੈਂਡਿੰਗ ਵਗੈਰਾ ਕਰਨੀ ਹੈ ਜਾਂ ਬੈਂਕਿੰਗ ਹਰ ਇੱਕ ਪਰਸਨ ਬੈਂਕਿੰਗ ਯੂਜ਼ ਕਰਦਾ ਹੈ ਤਾਂ ਬੈਂਕਿੰਗ ਦੇ ਵਿੱਚ ਉਸ ਨੂੰ ਕਿਸ ਤਰੀਕੇ ਨਾਲ ਫਰੋਡ ਤੋਂ ਬਚਿਆ ਜਾ ਸਕੇਗਾ ਠੀਕ ਹੈ ਇਹਦੇ ਲਿਖਿਆ ਵੀ ਹੋਏਗਾ ਕਿ ਵਿਗਿਆਨ ਦੀਆਂ ਕਲਾਸ ਕਲਾਸਾਂ ਪ੍ਰਯੋਗ ਅਤੇ ਖੋਜਾਂ ਨੂੰ ਮੂੜ ਤਿਆਰ ਕਰ ਸਕਦੇ ਹਨ ਇੰਗਲਿਸ਼ ਕਲਾਸਰੂਮ ਈਮੇਲ ਅਤੇ ਰਜਿਸਟ੍ਰੇਸ਼ਨ ਲਿਖ ਸਕਦੇ ਹਨ ਠੀਕ ਹੈ ਰਿਜ਼ਿਊਮੇ ਹੋ ਗਿਆ ਵਿਦਿਆਰਥੀਆਂ ਨੂੰ ਸਮਗਰੀ ਸਿੱਖਣ ਦਾ ਕਾਰਨ ਜ਼ਰੂਰੀ ਹੁੰਦਾ ਹੈ ਪੈਡਾਗੋਜੀ ਵਰਸਸ ਐਂਡਰਾਗੋਜੀ ਪੈਡਾਗੋਜੀ ਦਾ ਸੰਬੰਧ ਬੱਚਿਆਂ ਦੇ ਸਿੱਖਣ ਨਾਲ ਹੈ ਅਤੇ ਐਂਡਰਾਗੋਜੀ ਬਾਲਗਾਂ ਦੇ ਸਿੱਖਣ ਨਾਲ ਹੈ ਹਾਲਾਂਕਿ ਕੁਝ ਸਿਕਲਾਈ ਇੱਕੋ ਜਿਹੀ ਹੋ ਸਕਦੀ ਹੈ ਭਾਵੇਂ ਉਹ ਬਾਲਗ ਹੋਣ ਜਾਂ ਬੱਚੇ ਸਿੱਖ ਰਹੇ ਹੋਣ ਐਜੂਕੇਟਰਾਂ ਦੀ ਟੈਕਨੋਲੋਜੀ ਦੇ ਉਮਰ ਸਮੂਹਾਂ ਦੇ ਵਿਚਕਾਰ ਅੰਤਰ ਦੀ ਇੱਕ ਵਿਸ਼ਾਲ ਝਾਂਤ ਦਿੰਦੀ ਹੈ ਸਭ ਤੋਂ ਵੱਡਾ ਅੰਤਰ ਪ੍ਰੇਰਣਾ ਹੈ ਖਾਸ ਕਰ ਜਦੋਂ ਬੱਚੇ ਬਾਲਗ ਬਣ ਜਾਂਦੇ ਹਨ ਸਿੱਖਣ ਦੀ ਉਹਨਾਂ ਦੀ ਪ੍ਰੇਰਣਾ ਪੀਅਰ ਦੇ ਦਬਾਅ ਦੇ ਵਧੇਰੇ ਸਵੈ ਪ੍ਰਭਾਵਿਤ ਹੋਣ ਵਾਲੀ ਹੁੰਦੀ ਹੈ ਕਿ ਜਦੋਂ ਸਟੂਡੈਂਟ ਵੱਡਾ ਹੋ ਜਾਂਦਾ ਹੈ ਬਾਲਗ ਹੋ ਜਾਂਦਾ ਹੈ ਉਸ ਟਾਈਮ ਉਸ ਦੀ ਜਿਹੜੀ ਸਿੱਖਣ ਦੀ ਅਪਰੋਚ ਹੈ ਉਸ ਦੀ ਖੁਦ ਦੀ ਇੰਟਰਸਟ ਤੇ ਡਿਪੈਂਡ ਕਰਦੀ ਛੋਟੇ ਬੱਚੇ ਨੂੰ ਆਪਾਂ ਫੋਰਸਫੁਲੀ ਕੁਝ ਚੀਜ਼ਾਂ ਸਿਖਾ ਦਿੰਨੇ ਆ ਪਰ ਜਦੋਂ ਉਹ ਪਰਸਨ ਮੈਚੁਰ ਹੁੰਦਾ ਹੈ ਤਾਂ ਉਸ ਨੂੰ ਉਸ ਦੀ ਖੁਦ ਦੀ ਜਿਹੜੀ ਕਹਾਂਗੇ ਕਿ ਇੰਟਰਸਟ ਹੈ ਉਹੋ ਹੀ ਉਸ ਨੂੰ ਸਭ ਤੋਂ ਜ਼ਿਆਦਾ ਕਹਿ ਸਕਾਂਗੇ ਮੋਟੀਵੇਟ ਕਰਦੇ ਵਿਦਿਅਕ ਰਣਨੀਤੀਆਂ ਜਦੋਂ ਕਿ ਹਰੇਕ ਅਧਿਆਪਕ ਦੀ ਨਿੱਜੀ ਸਿੱਖਿਆ ਦੇ ਬਹੁਤ ਸਾਰੇ ਤਰੀਕੇ ਹਨ ਇੱਥੇ ਕੁਝ ਰਣਨੀਤੀਆਂ ਹਨ ਜਿੱਥੇ ਜੋ ਕਿਸੇ ਵੀ ਅਧਿਆਪਕ ਦੀ ਮਦਦ ਕਰ ਸਕਦੀਆਂ ਹਨ ਠੀਕ ਹੈ ਸਭ ਤੋਂ ਪਹਿਲੇ ਵਿਚਾਰ ਵਟਾਂਦਰੇ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੀ ਸੋਚ ਪ੍ਰਕਿਰਿਆ ਤੇ ਕਾਰਵਾਈ ਕਰਨ ਦੀ ਆਗਿਆ ਦਿੰਦੀ ਹੈ ਬਲਕਿ ਦੂਜਿਆਂ ਦੇ ਵਿਚਾਰਾਂ ਦਾ ਮੁਲਾਂਕਣ ਵੀ ਕਰਦੀ ਹੈ ਸਹਿਯੋਗ ਜਾਂ ਸਹਿਕਾਰੀ ਸਿੱਖਲਾਈ ਵਿਦਿਆਰਥੀਆਂ ਨੂੰ ਇਸ ਪੱਖ ਤੋਂ ਲਾਭ ਪਹੁੰਚਾਉਂਦੀ ਹੈ ਜਿੱਥੇ ਉਹ ਦੂਜਿਆਂ ਦੇ ਵਿਚਾਰਾਂ ਦਾ ਆਦਰ ਕਰਨਾ ਸਿੱਖ ਸਕਦੇ ਹਨ ਠੀਕ ਹੈ ਇਹ ਜਿਹੜੀ ਆਪਾਂ ਗੱਲ ਕੀਤੀ ਸੀ ਹੁਣੇ ਕਿ ਗਰੁੱਪ ਸਟੱਡੀ ਤਾਂ ਗਰੁੱਪ ਸਟੱਡੀ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਸਿਰਫ ਆਪਣੀ ਸੋਚ ਹੀ ਨਹੀਂ ਆਪਣੇ ਸਾਹਮਣੇ ਵਾਲੇ ਦੀ ਸੋਚ ਵੀ ਸਮਝਦਾ ਹੈ ਠੀਕ ਹੈ ਸਟੂਡੈਂਟ ਉਸ ਨੂੰ ਸੋਚ ਨੂੰ ਸਮਝਦਾ ਹੈ ਕਿ ਉਹ ਕਿਸ ਤਰੀਕੇ ਨਾਲ ਸੋਚਦਾ ਹੈ ਤਾਂ ਉਸੇ ਤਰੀਕੇ ਨਾਲ ਅਗਰ ਉਸ ਦੀ ਅਪਰੋਚ ਅੱਛੀ ਹੈ ਤਾਂ ਉਸ ਨੂੰ ਸ਼ੇਅਰ ਕੀਤਾ ਜਾਂਦਾ ਹੈ ਔਰ ਉਸ ਨੂੰ ਇੱਕ ਦੂਜੇ ਦੀ ਸੋਚ ਦਾ ਆਦਰ ਕਰਨਾ ਸਿੱਖਦੇ ਹਨ ਟੈਕਨੋਲੋਜੀ ਵਿਦਿਆਰਥੀਆਂ ਨੂੰ ਦੁਨੀਆ ਭਰ ਦੇ ਬਹੁਤ ਸਾਰੇ ਸਰੋਤਾਂ ਤੱਕ ਪਹੁੰਚਾ ਦਿੰਦੀ ਹੈ ਉਹ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ ਅਤੇ ਉਹਨਾਂ ਥਾਵਾਂ ਦੀ ਪਰਚੋਲ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਵਿਅਕਤੀਗਤ ਤੌਰ ਤੇ ਨਹੀਂ ਮਿਲ ਸਕਦੇ ਠੀਕ ਹੈ ਯਾਨੀ ਕਿ ਜਿਹੜੀ ਟੈਕਨੋਲੋਜੀ ਦੇ ਨਾਲ ਅਗਰ ਆਪਾਂ ਗੱਲ ਕਰਦੇ ਹਾਂ ਕੁਝ ਐਸੇ ਲੋਕਾਂ ਦੇ ਨਾਲ ਉਹਨਾਂ ਦੀ ਗੱਲਬਾਤ ਕਰਵਾਈ ਜਾਵੇ ਫੋਰ ਐਗਜ਼ਾਮਪਲ ਪੰਜਾਬ ਹਰਿਆਣਾ ਪੰਜਾਬ ਡਿਫਰੈਂਸ ਡਿਫਰੈਂਸ ਸਟੇਟਸ ਇਸ ਤੋਂ ਇਲਾਵਾ ਪੰਜਾਬ ਦੀ ਬਾਹਰਲੇ ਲੋਕਾਂ ਦੇ ਨਾਲ ਠੀਕ ਹੈ ਤਾਂ ਕਿ ਬੱਚਿਆਂ ਨੂੰ ਡਿਫਰੈਂਸ ਉਹਨਾਂ ਦਾ ਕਲਚਰ ਸਮਝ ਆਵੇ ਉਹਨਾਂ ਦਾ ਟਰੈਡੀਸ਼ਨ ਸਮਝ ਆਵੇ ਔਰ ਉਹਨਾਂ ਦੇ ਸੱਭਿਆਚਾਰ ਦੇ ਨਾਲ ਉਹ ਮਿਕਸ ਹੋ ਸਕਣ ਆਪਣੇ ਵਿਦਿਆਰਥੀਆਂ ਦੀ ਵਧੇਰੇ ਵਿਅਕਤੀਗਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਿਭਿੰਨਤਾ ਅਤੇ ਛੋਟਾ ਸਮੂਹ ਨਿਰਦੇਸ਼ਾਂ ਦੀ ਵਰਤੋਂ ਕਰੋ ਇਸ ਵਿਚਾਰਾ ਨੂੰ ਪੂਰਾ ਕਰਨ ਦੇ ਲਈ ਸਟੇਸ਼ਨ ਕੇਂਦਰ ਅਤੇ ਸਾਹਿਤ ਦੇ ਚੱਕਰ ਨਾਲ ਬਹੁਤ ਵਧੀਆ ਸਾਧਨ ਠੀਕ ਹੈ ਜੀ ਤਾਂਸ ਦੇ ਲਈ ਬਸ ਇਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਦਾ ਸੈਸ਼ਨ ਗੁੱਡਬਾਈ